ਮੇਰੇ ਕੋਲ ਇੱਕ ਘੰਟੇ ਬਾਅਦ ਆ ਜਾਓ, ਇੱਕ ਘੰਟੇ ਬਾਅਦ, ਦੋ ਘੰਟੇ ਬਾਅਦ ਮੇਰੀ ਦੁਕਾਨ ਤੇ ਡੇਲੀ ਮਾਲ ਨਵਾਂ ਆਉਂਦਾ, ਹਰ ਰੋਜ਼ ਮਾਲ ਨਵਾਂ ਆਉਂਦਾ। ਜਿਹੜੇ ਕਸਟਮਰ ਨੇ ਮੇਰੇ ਫੇਸਬੁੱਕ ਦੇ ਉੱਪਰ ਜੁੜੇ ਹੋਏ ਆ ਉਹਨਾਂ ਨੂੰ ਪਤਾ ਆ ਆਸ਼ੂ ਨੇ ਜਦੋਂ ਵੀ ਲਾਈਵ ਹੋਣਾ ਨਵੇਂ ਮਾਲ ਦੇ ਨਾਲ ਉਹ ਰੋਜ਼ ਲਾਈਵ ਹੋਣਾ। ਇੱਕ ਵਾਰੀ ਦਿਹਾੜੀ 'ਚ ਲਾਈਵ ਨਹੀਂ ਹੋਈਦਾ, ਦਿਹਾੜੀ 'ਚ ਦੋ ਤਿੰਨ ਵਾਰੀ ਅਸੀਂ ਲਾਈਵ ਹੁੰਦੇ ਹਾਂ। ਫਸਟ ਕੁਆਲਿਟੀ ਅੱਛੀ ਲੱਗਦੀ ਹੈ ਮੈਮ, ਆਲ ਵਰਾਇਟੀਜ਼ ਮਿਲ ਜਾਂਦੀ ਹੈਗੀ ਹੈ, ਇਸ ਕਰਕੇ ਇੱਥੇ ਆਈਦਾ। ਆਪਾਂ ਕਸਟਮਰ ਨੂੰ ਕਹਿ ਦਈਦਾ ਕਿ ਸਾਨੂੰ ਵੀਡੀਓ ਕਾਲ ਤੇ ਦੇਖੋ ਸਾਡੇ ਕੋਲ ਪਲੀਜ਼, ਸਕਰੀਨਸ਼ਾਟ ਤੇ ਜਾਂ ਜਾਓ ਸਾਡੇ ਕੋਲ ਵੀਡੀਓ ਕਾਲ ਤੇ ਦੇਖੋ ਪਲੀਜ਼, ਅਸੀਂ ਵੀਡੀਓ ਕਾਲ ਤੇ ਦਿਖਾਉਂਦੇ, ਵੀਡੀਓ ਕਾਲ ਤੇ ਥੋੜੀ ਕੁਆਲਿਟੀ ਦਾ ਵੀ ਪਤਾ ਲੱਗ ਜਾਂਦਾ। ਇਹ ਪੀਸ ਮੇਰਾ ਮੰਨ ਲਓ ਗਾਹਕ ਨੇ ਔਨਲਾਈਨ ਬੁੱਕ ਕਰ ਲਿਆ, ਮੈਨੂੰ ਗਾਹਕ ਡਬਲ ਪੈਸੇ ਵੀ ਦੇਵੇ ਕਿ ਸਾਨੂੰ ਆਹ ਪੀਸ ਦੇ ਦਿਓ, ਅਸੀਂ ਦੇ ਨਹੀਂ ਸਕਦੇ। ਨਹੀਂ, ਪ੍ਰਾਈਸ ਵੀ ਇੱਥੇ ਰੀਜ਼ਨੇਬਲ ਹੈ ਔਰ ਵੈਰਾਈਟੀ, ਲੋਟ ਆਫ ਵੈਰਾਈਟੀ ਹੈ, ਇੱਥੇ ਦੋਨੋਂ ਚੀਜ਼ਾਂ ਹੈ। ਸੋ ਮਤਲਬ ਕੁਆਲਿਟੀ ਵੀ ਵਧੀਆ ਹੁੰਦੀ ਹੈ ਕੱਪੜੇ ਦੀ? ਹਾਂਜੀ, ਕੁਆਲਿਟੀ ਵੀ ਗੁੱਡ। ਹਾਂ, ਮੇਰੇ ਮਨ ਦੇ ਵਿੱਚ ਇਹੀ ਆ ਕਿ ਮੈਂ 100 ਰੁਪਿਆ ਦਾ ਮਾਰਜਨ ਲੈਣਾ, ਚਾਹੇ ਉਹ 5000 ਦੀ ਚੀਜ਼ ਹੋਵੇ ਚਾਹੇ ਉਹ 50000 ਦੀ ਚੀਜ਼ ਹੋਵੇ। ਮੈਨੂੰ ਜੈਨਰਲ ਮਾਰਜਨ ਲੱਗਦਾ ਕਿ ਮਤਲਬ 30000 ਦਾ ਪੀਸ ਮੇਰਾ ਆਇਆ, ਮੈਂ ਉਹਦੇ ਵਿੱਚ 300-400 ਰੁਪਏ, ਮੈਂ ਨਹੀਂ ਕਹਿੰਦਾ ਮੈਂ ਸੋ ਹੀ ਕਮਾਉਣਾ, 30000 ਦੇ ਵਿੱਚੋਂ ਮੈਂ 200-400 ਕਮਾ ਵੀ ਲਿਆ ਜਾਇਜ਼ ਆ। ਬੋਟਮ ਲੈਣ ਜਾਈਏ ਤੇ 500 ਰੁਪਏ ਦੀ ਇਕੱਲੀ ਬੋਟਮ ਹੀ ਆਉਂਦੀ ਆ, ਤੇ ਦੁਪੱਟਾ ਨਾਲ ਡਿਫਰੈਂਟ ਆ ਜਾਣਾ ਵਾ, ਤੇ ਨਾਲ ਕਲਰ ਕਾਫੀ ਆ ਜਾਣੇ ਆ। ਮਾਰਕੀਟ ਦੇ ਵਿੱਚ ਤੁਸੀਂ ਜਾਓਗੇ 900 ਰੁਪਿਆ, 800 ਰੁਪਿਆ ਇੱਦਾਂ ਮਿਲਣੇ ਆ, ਸਾਡੇ ਕੋਲ 500-500 ਰੁਪਏ 'ਚ ਮਿਲਣੇ ਆ। ਹਰੇਕ ਦੇ ਵਿੱਚ 4-4 ਕਲਰ ਆਉਂਦੇ ਆ, ਜਿਸ 'ਚ ਮਰਜ਼ੀ ਕਿਹੜੇ ਮਰਜ਼ੀ ਡਿਜ਼ਾਇਨ 'ਚ ਕਲਰ 4-4 ਹੁੰਦੇ ਸਾਡੇ ਕੋਲ। ਮੇਨ ਗੱਲ ਇਹ ਆ ਕਿ ਤੁਸੀਂ ਟੇਲਰ ਕੋਲ ਜਾਓਗੇ ਇਹਦੀ ਸਿਲਾਈ ਲਊਗਾ ਸਿਰਫ 1500 ਰੁਪਏ, ਸਹੀ ਸਟਿਚ ਕੀਤਾ ਦੇਵਾਂਗੇ ਤੁਹਾਨੂੰ 1500 ਰੁਪਏ। ਇਹਨਾਂ ਵਿੱਚੋਂ ਕੋਈ ਵੀ ਜਿਹੜਾ ਸੂਟ ਆ ਉਹ ਲੋਕਲ ਵਾਲਾ ਪਾਰਸਲ ਨਹੀਂ ਹੈਗਾ। ਮੈਮ ਤੁਸੀਂ ਕਿੱਥੋਂ ਆਏ ਹੋ? ਅਸੀਂ ਇਟਲੀ ਤੋਂ ਆਏ ਹਾਂ। ਓਕੇ, ਤੁਸੀਂ ਇਟਲੀ ਤੋਂ ਸ਼ਾਪਿੰਗ ਕਰਨ ਆਏ ਹੋ ਇੱਥੇ ਸਪੈਸ਼ਲ ਇਹ ਵਾਲੀ ਸ਼ਾਪ ਤੇ? ਮੈਮ ਤੁਹਾਨੂੰ ਇਸ ਸ਼ਾਪ ਬਾਰੇ ਕਿਹਨੇ ਦੱਸਿਆ ਕਿ ਮਤਲਬ ਕਿ ਤੁਸੀਂ ਕਿਸੇ ਤੋਂ ਸੁਣਿਆ ਹੋਗਾ ਤਾਂ ਇੱਥੇ ਆਏ ਹੋ? ਹਾਂ, ਸੁਣਿਆ ਵੀ ਸੀਗਾ, ਵੈਸੇ ਮੈਂ ਨੈਟ ਵਗੈਰਾ ਤੇ ਵੀ ਦੇਖਿਆ ਸੀ। ਹਾਂਜੀ, ਇਹ ਸਾਰੇ ਵਿਆਹ ਸ਼ਾਦੀਆਂ ਦਾ ਇਸ ਟਾਈਮ ਬਾਹਰ ਅਮਰੀਕਾ ਕੈਨੇਡਾ ਸੀਜ਼ਨ ਆ ਵਿਆਹ ਸ਼ਾਦੀਆਂ ਦਾ, ਆ ਸਾਰੇ ਦੇਖ ਸਕਦੇ ਆ, ਆ ਸਾਰੇ ਇਹਨਾਂ ਦੇ ਪਰਚੀਆਂ ਪਈਆਂ ਹੋਈਆਂ ਆ, ਮੈਂ ਬੋਲੀ ਦੱਸਦਾ ਐਡਰੈਸ ਚੇਂਜ ਹੋ ਜਾਂਦਾ। ਆ ਸਾਰੇ ਦੇ ਸਾਰੇ ਪਾਰਸਲ ਇਸ ਟਾਈਮ ਆਨਲਾਈਨ ਬੁੱਕ ਹੋ ਚੁੱਕੇ ਆ, ਇਹਨਾਂ ਦੀ ਪੇਮੈਂਟ ਵੀ ਆ ਚੁੱਕੀ ਆ। 4-4:30 ਵਜੇ ਤੋਂ ਬਾਅਦ ਅਸੀਂ ਮੰਨ ਲਓ ਗਾਹਕ ਫ੍ਰੀ ਹੁੰਦਾ ਥੋੜ੍ਹੇ ਆ, ਅਸੀਂ ਇਹਨਾਂ ਨੂੰ ਪਾਰਸਲ ਲਗਾ ਕੇ ਤੋੜ ਦੇਣਾ। ਤੁਸੀਂ ਦੇਖ ਸਕਦੇ ਹੋ ਬਲਾਊਜ਼ ਫੁੱਲ ਆਫ ਦੀ ਸਟੋਨ ਵਰਕ ਹੈ, ਪੂਰਾ ਸਟੋਨ ਵਰਕ ਨਾਲ ਭਰਿਆ ਹੋਇਆ ਦੇ ਨਾਲ। ਜੇ ਆਪਾਂ ਲਹਿੰਗੇ ਦੀ ਗੱਲ ਕਰੀਏ, ਡਬਲ ਸ਼ੇਡਡ ਲਹਿੰਗਾ ਹੈ ਤੇ ਦੁਪੱਟਾ ਅਗੇਨ ਉਹ ਵੀ ਬੜਾ ਸੋਹਣਾ ਹੈ, ਸਟੋਨ ਵਰਕ ਨਾਲ ਕੀਤਾ ਹੋਇਆ, ਜਿਹਦੇ ਵਿੱਚ ਬਲੂ ਕਲਰ ਵੀ ਡਬਲ ਸ਼ੇਡਡ ਵਾਲੇ ਸਟੋਨ ਵਰਕ ਬਲਾਊਜ਼ ਦੇ ਨਾਲ ਆਪਾਂ ਨੂੰ ਨਜ਼ਰ ਆ ਰਿਹਾ ਹੈ। ਕੁਆਲਿਟੀ ਵਾਈਜ਼ ਕੁਆਲਿਟੀ ਤਾਂ ਬਹੁਤ ਅੱਛੀ ਹੈ, ਡਿਫਰੈਂਟ ਹੈ, ਮਤਲਬ ਡਿਜ਼ਾਈਨਸ ਵੀ ਤੁਹਾਨੂੰ ਵਧੀਆ ਲੱਗੇ ਹੈ, ਤੇ ਪ੍ਰਾਈਸ ਵਾਈਜ਼? ਅਭੀ ਤਾਂ ਪ੍ਰਾਈਸ ਸਹੀ ਲੱਗ ਰਿਹਾ ਹੈ, ਕੋਈ ਹਾਈ ਰੇਂਜ ਨਹੀਂ ਹੈ, ਅੱਛਾ ਲੱਗ ਰਿਹਾ ਅਭੀ ਤਾਂ। ਕਸਟਮਰ ਨੂੰ ਇੰਨਾ ਵਿਸ਼ਵਾਸ ਆ ਕਿ ਚੀਜ਼ ਕੁਆਲਿਟੀ ਦੀ ਗੱਲ ਕਰੀਏ ਇੰਨੀ ਵਧੀਆ ਮਿਲੂਗੀ, ਕਿਉਂਕਿ ਪੈਸੇ ਜਿਹਨੇ ਖਰਚ ਕੀਤੇ ਉਹਨੂੰ ਕੁਆਲਿਟੀ ਤਾਂ ਵਧੀਆ ਚਾਹੀਦੀ ਹੀ ਚਾਹੀਦੀ ਹੈ। ਜਿਸ ਹਿਸਾਬ ਨਾਲ ਖੱਦੇ ਦਾ ਖੱਦਾ ਪਿਆ ਆ, ਲਿਫਾਫੇ ਭਰੇ ਪਏ ਨੇ, ਸਾਫ਼ ਪਤਾ ਲੱਗਦਾ ਕਿ ਕਸਟਮਰ ਇੱਕਦਮ ਸੰਤੁਸ਼ਟ ਹੋ ਕੇ ਬੈਠਾ ਹੈ। ਉਹਨਾਂ ਨੂੰ ਇਹਨਾਂ ਤੇ ਪੂਰਾ ਭਰੋਸਾ ਹੈ ਕਿ ਸਾਡੀ ਚੀਜ਼ ਤਾਂ ਪਹੁੰਚੇਗੀ ਤੇ ਸਹੀ ਔਰ ਬਿਲਕੁਲ ਪਰਫੈਕਟ ਕੁਆਲਿਟੀ ਦੀ ਪਹੁੰਚੇਗੀ। ਦੇ ਵਿੱਚ ਇਹੀ ਤੁਹਾਨੂੰ ਕੋਈ 15000-18000 ਪਰ ਸਾਡਾ ਨਾਰਮਲ ਪ੍ਰਾਈਸ ਆ, ਸਾਡਾ ਪ੍ਰਾਈਸ ਹੈਗਾ ਵਾ ਸਿਰਫ 5000 ਰੁਪਏ। ਓਕੇ, ਵਨ ਪੀਸ ਡਰੈਸ, ਇਹਦੇ ਵਿੱਚ ਮੇਨ ਗੱਲ ਆ ਸਾਡੇ ਕੋਲ ਐਕਸਲ, ਟ੍ਰਿਪਲ ਐਕਸਲ, ਜਿੱਦਾਂ ਦੇ ਮਰਜ਼ੀ ਸਾਈਜ਼ ਲੈ ਲਓ, ਇਹਦੀ ਰੇਂਜ ਸਿਰਫ ਹੈਗੀ ਆ 2000। ਵੀ ਕਾਫੀ ਵੈਰਾਈਟੀ ਆਂਦੀ ਵੀ ਆ ਲੋ ਸ਼ਰਾਰੇ ਦੇ ਨਾਲ, ਇਹਦਾ ਵੀ ਪ੍ਰਾਈਸ ਸਿਰਫ ਨਾਰਮਲ ਆ 2500 ਰੁਪਏ। ਪ੍ਰਿੰਟ ਹੀ ਜ਼ਿਆਦਾ ਦਿਖਣ ਨੂੰ ਮਿਲਣੇ ਆ ਸਾਡੇ ਕੋਲ, ਐਨ ਚਮ ਚਮ ਕਰਦੇ ਪੂਰੇ ਸੂਟ, ਹੈਵੀ ਵੀ ਮਿਲਣੇ ਆ, ਪ੍ਰਿੰਟ ਵੀ ਮਿਲਣੇ ਆ, ਜਿੱਦਾਂ ਦੀ ਮਰਜ਼ੀ ਵਰਾਇਟੀ ਲੈ ਲਓ, ਡੇਡੀ ਪਾਰਸਲ ਪਾਰਸਲ ਸਾਡੇ ਕੋਲ। 3800 ਵਿੱਚ ਤੁਹਾਨੂੰ ਪਾਰਟੀ ਵੇਅਰ ਲਹਿੰਗੇ ਮਿਲ ਰਹੇ ਆ, ਇਹ ਸੱਚੀ ਕਹੀਏ ਤਾਂ ਮਤਲਬ ਇਦਾਂ ਦੀ ਡੀਲ ਮੈਂ ਕਹਿੰਦੀ ਕਿਤੇ ਹੋਰ ਮਿਲਣੀ ਨਹੀਂ ਹੈਗੀ ਆਪਾਂ ਨੂੰ, ਕਿ ਇੰਨੇ ਵਧੀਆ ਵਧੀਆ ਲਹਿੰਗੇ, ਡਰੈਸਾਂ, ਸ਼ਰਾਰੇ, ਗਰਾਰੇ ਆਪਾਂ ਨੂੰ 3500-3500 3000 ਵਿੱਚ ਫੜਾਈ ਜਾਂਦੇ ਨੇ, ਦੱਸੋ ਆਪਾਂ ਨੂੰ ਹੋਰ ਕੀ ਚਾਹੀਦਾ ਜਨਾਨੀਆਂ ਨੂੰ? ਮੰਨ ਲਓ ਕਸਟਮਰ ਬੈਠਾ ਕੈਨੇਡਾ, ਉਹਦਾ ਕਿਤੇ ਗੜ ਸ਼ੈਂਕਰ ਜਾਂ ਗੁਰਦਾਸਪੁਰ ਜਾਂ ਅੰਬਾਲਾ ਖੰਨਾ ਜਿੱਥੇ ਵੀ ਹੈਗਾ, ਅਸੀਂ ਉਹਨਾਂ ਨੂੰ ਕਹੀਦਾ ਕਿ ਰੈਲੇਟਿਵ ਨੂੰ ਨਾਲ ਭੇਜੋ, ਰੈਲੇਟਿਵ ਤੁਹਾਡਾ ਕੁਆਲਿਟੀ ਸਟਾਫ ਨੂੰ ਹੱਥ ਲਾਉਂਦਾ ਆ, ਵੀਡੀਓ ਕਾਲ ਤਾਂ ਚੱਲ ਹੀ ਜਾਣੀ ਆ। ਉਹ ਜਿਹੜੇ 1-2 ਵਾਰੀ ਸਾਡੇ ਕੋਲ ਸ਼ੋਪਿੰਗ ਕਰ ਜਾਂਦੇ ਉਹ ਤਾਂ ਆਪਣੇ ਰੈਲੇਟਿਵ ਗਾਹ ਨਹੀਂ ਭੇਜਦੇ, ਉਹ ਸਿੱਧੇ ਮੰਗਾਈ ਜਾਂਦੇ, ਕਹਿੰਦੇ ਸਾਨੂੰ ਤੁਹਾਡੇ ਵਿਸ਼ਵਾਸ ਆ।
ਸ਼ਾਪਿੰਗ ਇਕੱਠਿਆਂ ਨੇ ਕੀਤੀ ਹੈ ਹੈ ਨਾ। ਵੈਸੇ ਸਮਾਨ ਅਸੀਂ ਕਾਫੀ ਲਿਆ ਹੈ ਔਰ ਕਾਫੀ ਲੈ ਵੀ ਲਵਾਂਗੇ ਵੀ ਕਿਉਂਕਿ ਸਾਨੂੰ ਬਹੁਤ ਵਧੀਆ ਲੱਗਿਆ ਬਾਜ਼ਾਰ ਨਾਲੋਂ ਕਾਫੀ ਰੇਟ ਸਹੀ ਹੈ। ਇੱਕ ਇਹ ਆ ਵੀ ਫਿਕਸ ਰੇਟ ਆ ਸਾਨੂੰ ਕੋਈ ਉਲਟਾ ਪੁਲਟਾ ਕਰਨਾ ਨਹੀਂ ਪੈਂਦਾ ਹੈ ਨਾ। ਇਸ ਕਰਕੇ ਸਾਨੂੰ ਵਧੀਆ ਲੱਗਿਆ ਕਿ ਦਿਮਾਗ ਖਰਾਬ ਨਹੀਂ ਕਰਨਾ ਪੈਂਦਾ ਇੱਕ ਦੂਜੇ ਦੇ ਮਗਰ। ਸਾਂਝ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਰਾਣਾ ਸ਼ਰਮਾ। ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਆਸ਼ੂ ਦੀ ਮਸ਼ਹੂਰ ਹੱਟੀ ਤੇ। ਜਾਣਾਂਗੇ ਇਹਨਾਂ ਕੋਲ ਨਵੇਂ ਕੋਟਨਸ ਦੀ ਵੈਰਾਈਟੀ ਦੇ ਜਿਹੜੇ ਆਪਾਂ ਪਹਿਲਾਂ ਵੀ ਇੱਥੇ ਕੋਟਨਸ ਦੇ ਸੂਟ ਦੇਖੇ ਸੀ। ਕਸਟਮਰ ਨਾਲ ਗੱਲਬਾਤ ਕਰਾਂਗੇ, ਰਿਵਿਊ ਲਵਾਂਗੇ ਕਸਟਮਰਸ ਦੇ ਕੋਲੋਂ, ਪ੍ਰਾਈਜ਼ਸ ਦਾ, ਕੁਆਲਿਟੀ ਦਾ ਤੇ ਨਾਲ ਹੀ ਆਸ਼ੂ ਜੀ ਦੇ ਨਾਲ ਗੱਲਬਾਤ ਕਰਕੇ ਹੋਰ ਵੀ ਆਨਲਾਈਨ ਆਫਲਾਈਨ ਦੋਨੋਂ ਹੀ ਸ਼ਾਪਿੰਗਸ ਬਾਰੇ ਗੱਲਬਾਤ ਕਰਾਂਗੇ। ਹਾਂਜੀ ਕਰਦੇ ਹਾਂ ਸ਼ੁਰੂਆਤ ਨਵੀਂ ਵੈਰਾਈਟੀ ਤੋਂ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰਾਂਗੇ ਨਵੀਂ ਵੈਰਾਈਟੀ ਤੇ, ਫਿਰ ਆਪਾਂ ਲਵਾਂਗੇ ਕਸਟਮਰਸ ਦੇ ਰਿਵਿਊ। ਸਰ ਕੀ ਦਿਖਾਓਗੇ ਅੱਜ ਸਾਨੂੰ ਨਵੀਂ ਵੈਰਾਈਟੀ ਦੇ ਵਿੱਚ? ਜੀ ਅੱਜ ਤਾਂ ਮਤਲਬ ਕਿ ਸਾਡੇ ਕੋਲ ਹੈ ਰੈਡੀਮੇਡ ਗਰਾਰੇ, ਸ਼ਰਾਰੇ, ਪਲਾਜ਼ੋ। ਮੇਨ ਗੱਲ ਇਹ ਆ ਕਿ ਇਹਦਾ ਪੈਗਾ 1500 ਰੁਪਏ। 1500 ਵਿੱਚ ਤੁਹਾਨੂੰ ਸ਼ਰਾਰਾ ਸੂਟ ਮਿਲ ਰਿਹਾ ਹੈ 4 ਸਾਈਡਡ ਦੁਪੱਟੇ ਦੇ ਨਾਲ ਤੇ ਇੰਨਾ ਵਧੀਆ ਜਿਹੜਾ ਸਟੋਨ ਵਰਕ ਹੈ ਜਾਂ ਫਿਰ ਜਿਹੜਾ ਵੀ ਵਰਕ ਹੈ, ਲੈਸ ਦੇਖੋ ਕਿੰਨੀ ਸੋਹਣੀ ਲੱਗੀ ਹੋਈ ਹੈ। ਸਰ ਹੋਰ ਕਿਹੜੀ ਕਿਹੜੀ ਵੈਰਾਈਟੀ, ਕਲਰ ਵਗੈਰਾ ਇੱਚ ਕਿਹੜੀ ਵੈਰਾਈਟੀ ਹੈ? ਕਲਰ ਆ ਦੇਖੋ, ਚਾਰ ਚਾਰ ਕਲਰ, ਹਰੇਕ ਦੇ ਵਿੱਚ ਚਾਰ ਚਾਰ ਕਲਰ ਆਉਂਦੇ ਆ। ਜਿਸ ਚ ਮਰਜ਼ੀ ਜਿਹੜੇ ਮਰਜ਼ੀ ਡਿਜ਼ਾਈਨ 'ਚ ਕਲਰ ਚਾਰ ਚਾਰ ਹੁੰਦੇ ਸਾਡੇ ਕੋਲ। ਮੇਨ ਗੱਲ ਇਹ ਆ ਕਿ ਤੁਸੀਂ ਟੇਲਰ ਕੋਲ ਜਾਓਗੇ ਇਹਦੀ ਸਿਲਾਈ ਲਊਗਾ ਸਿਰਫ 1500 ਰੁਪਏ। ਅਸੀਂ ਸਟਿਚ ਕੀਤਾ ਦੇਵਾਂਗੇ ਤੁਹਾਨੂੰ 1500 ਰੁਪਏ। ਰੈਡੀਮੇਡ ਦਾ ਰੈਡੀਮੇਡ ਸੂਟ ਜਿਹੜਾ ਹੈ ਉਹ 1500 ਦੇ ਵਿੱਚ ਮਿਲਦਾ ਹੈ। ਉੱਤੋਂ ਲੇਡੀਜ਼ ਨੂੰ ਮੇਨ ਕਲਰ ਦੀ ਬੜੀ ਦਿੱਕਤ ਹੁੰਦੀ ਹੈ ਜੇ ਕਲਰ ਨਹੀਂ ਪਸੰਦ ਆਉਂਦਾ, ਲੇਕਿਨ ਇੱਥੇ ਆਪਣੇ ਕੋਲ ਜਿਹੜੇ ਚਾਰੋਂ ਦੇ ਚਾਰੋਂ ਸੂਟ ਖੁੱਲ੍ਹੇ ਪਏ ਨੇ। ਕਲਰ ਦੇਖ ਲਓ ਇੰਨੇ ਜ਼ਿਆਦਾ ਗਰਲਿਸ਼ ਹੈ, ਭਾਵੇਂ ਪਿੰਕ ਦੀ ਗੱਲ ਕਰ ਲਓ, ਭਾਵੇਂ ਸਕਾਈ ਦੀ, ਭਾਵੇਂ ਹੋਰ ਕਲਰਸ ਦੀ ਗੱਲ ਕਰ ਲਓ, ਸਾਰੇ ਕਲਰਸ ਬਹੁਤ ਜ਼ਿਆਦਾ ਗਰਲਿਸ਼। ਸਰ ਹੋਰ ਕਿਹੜੀ ਨਵੀਂ ਵੈਰਾਈਟੀ ਦੀ ਗੱਲ ਕਰੀਏ? ਹੋਰ ਆਹ ਦੇਖੋ ਲਹਿੰਗਾ, ਲਹਿੰਗਾ ਚੋਲੀ, ਡਬਲ ਸ਼ੇਡਿਡ ਲਹਿੰਗਾ ਚੋਲੀ। ਹਾਂਜੀ ਹਾਂਜੀ, ਡਬਲ ਸ਼ੇਡਿੰਗ ਟੋਟਲ ਹੈਂਡ ਵਰਕ ਦੇ ਵਿੱਚ ਆ। ਇਹਦੇ ਵਿੱਚ ਆ ਜਾਂਦੇ 2-4 ਕਲਰ, ਜਿੰਨੇ ਕਹੋਗੇ ਉਹਨੇ ਕਲਰ ਮਿਲ ਜੂਗੇ। ਇਸ ਟਾਈਮ ਆਏ ਆ ਸਾਡੇ ਕੋਲ, ਅਵੇਲੇਬਲ 2 ਹੀ ਆ। ਓਕੇ, ਵੈਰਾਈਟੀ ਡੇਲੀ ਆਉਂਦੀ ਆ ਟੋਟਲ ਹੈਂਡ ਵਰਕ ਦੀ। ਤੁਸੀਂ ਦੇਖ ਸਕਦੇ ਹੋ ਬਲਾਊਜ਼ ਫੁੱਲ ਆਫ ਦੀ ਸਟੋਨ ਵਰਕ ਹੈ, ਪੂਰਾ ਸਟੋਨ ਵਰਕ ਨਾਲ ਭਰਿਆ ਹੋਇਆ ਤੇ ਨਾਲ ਜੇ ਆਪਾਂ ਲਹਿੰਗੇ ਦੀ ਗੱਲ ਕਰੀਏ ਡਬਲ ਸ਼ੇਡਿਡ ਲਹਿੰਗਾ ਹੈ ਤੇ ਦੁਪੱਟਾ ਅਗੇਨ ਉਹ ਵੀ ਬੜਾ ਸੋਹਣਾ ਹੈ ਸਟੋਨ ਵਰਕ ਨਾਲ ਕੀਤਾ ਹੋਇਆ ਜਿਹਦੇ ਵਿੱਚ ਬਲੂ ਕਲਰ ਵੀ ਡਬਲ ਸ਼ੇਡਿਡ ਵਾਲੇ ਸਟੋਨ ਵਰਕ ਬਲਾਊਜ਼ ਦੇ ਨਾਲ ਆਪਾਂ ਨੂੰ ਨਜ਼ਰ ਆ ਰਿਹਾ ਹੈ। ਦੋਨੋਂ ਡਿਜ਼ਾਈਨਸ ਬੜੇ ਹੀ ਸੋਹਣੇ ਹੈ ਤੇ ਸਰ ਇਹਦੇ ਵਿੱਚ ਤੁਸੀਂ ਆਪਾਂ ਗੱਲ ਕਰੀਏ ਕਿ ਇਹ ਆਪਾਂ ਨੂੰ ਕਿੰਨੀ ਕੁ ਰੇਂਜ ਤੱਕ ਮਿਲ ਜੂਗੇ? ਦੇਖਣ ਨੂੰ ਤਾਂ ਬੜੇ ਹੀ ਕੋਸਟਲੀ ਲੱਗ ਰਹੇ ਨੇ। ਮਾਰਕੀਟ ਦੇ ਵਿੱਚ ਇਹੀ ਤੁਹਾਨੂੰ ਕੋਈ 15,000-18,000 ਪਰ, ਸਾਡਾ ਨਾਰਮਲ ਪ੍ਰਾਈਸ ਆ, ਸਾਡਾ ਪ੍ਰਾਈਸ ਹੈਗਾ ਵਾ ਸਿਰਫ 5,000 ਰੁਪਏ। 15,000 ਦਾ ਲਹਿੰਗਾ ਤੁਹਾਨੂੰ 5,000 ਵਿੱਚ ਮਿਲਦਾ। ਦੱਸੋ ਹੋਰ ਕੀ ਚਾਹੀਦਾ? ਲੇਡੀਜ਼ ਨੂੰ ਬਾਰਗਨਿੰਗ ਕਰਨੀ ਪੈਂਦੀ ਹੈ ਇੰਨੇ ਵਧੀਆ ਵਧੀਆ ਡਰੈਸਿਸ ਲਈ, ਇੰਨੇ ਵਧੀਆ ਵਧੀਆ ਲਹਿੰਗਿਆਂ ਲਈ, ਪਰ ਇੱਥੇ ਬਾਰਗਨਿੰਗ ਕਰਨ ਦੀ ਲੋੜ ਨਹੀਂ। ਇੰਨਾ ਵਧੀਆ ਲਹਿੰਗਾ 5,000 ਵਿੱਚ ਚੱਕ ਕੇ ਤੁਸੀਂ ਲੈ ਕੇ ਜਾਓ, ਕੋਈ ਚੱਕਰ ਹੀ ਨਹੀਂ। ਓਕੇ, 1-ਪੀਸ ਡਰੈਸ। ਇਹਦੇ ਵਿੱਚ ਮੇਨ ਗੱਲ ਆ ਸਾਡੇ ਕੋਲ ਐਕਸਲ, ਟ੍ਰਿਪਲ ਐਕਸਲ, ਜਿੱਦਾਂ ਦੇ ਮਰਜ਼ੀ ਸਾਈਜ਼ ਲੈ ਲਓ। ਇਹਦੀ ਰੇਂਜ ਸਿਰਫ ਹੈਗੀ ਆ 2,000 ਰੁਪਏ। ਡਬਲ ਸ਼ੇਡ ਦਾ ਹੈ ਅਲੱਗ, ਦੁਪੱਟਾ ਕਲਰ ਅਲੱਗ ਹੈ ਔਰ ਡਰੈਸ ਦਾ ਕਲਰ ਅਲੱਗ ਹੈ ਔਰ ਲੇਡੀਜ਼ ਨੂੰ ਸਾਈਜ਼ ਵਗੈਰਾ ਦੀ ਕੋਈ ਦਿੱਕਤ ਹੀ ਨਹੀਂ ਹੈ, ਜਿਹੜਾ ਮਰਜ਼ੀ ਸਾਈਜ਼ ਪ੍ਰੈਫਰ ਕਰੋ ਤੁਹਾਨੂੰ। ਸਰ ਇਹਦੇ ਵਿੱਚ ਕਲਰ ਕਿਹੜੇ ਆਏ ਨੇ? ਓਕੇ, ਤੁਹਾਡੇ ਸਾਹਮਣੇ ਹੈ ਲੇਡੀਜ਼ ਲਈ ਵੀ ਮਹਿਰੂਨ ਕਲਰ ਹੈ, ਬਲੂ ਕਲਰ ਹੈ, ਪਿੰਕ ਕਲਰ ਹੈ, ਗ੍ਰੀਨ ਕਲਰ ਹੈ, ਹਰ ਇੱਕ ਤਰੀਕੇ ਦਾ ਔਰ ਦੁਪੱਟੇ ਵੀ ਸਭ ਨਾਲ ਬੜੇ ਅਲੱਗ ਅਲੱਗ ਹੈ। ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਇਹ ਵਾਲਾ ਦੁਪੱਟਾ ਅਲੱਗ ਡਿਫਰੈਂਟ ਕਲਰ ਦਾ ਹੈ। ਸਰ ਗ੍ਰੀਨ ਨਾਲ ਕਿਹੜਾ ਦੁਪੱਟਾ ਸ਼ੋ ਹੋ ਰਿਹਾ? ਆਹ ਲੋ ਗਾਜਰੀ ਕਲਰ ਦਾ। ਓਕੇ, ਮਤਲਬ ਹਰ ਇੱਕ ਨਾਲ ਡਿਫਰੈਂਟ ਕਲਰ ਦੇ ਬੜੇ ਕੰਬੀਨੇਸ਼ਨ ਨਾਲ ਨੇ, ਇੱਕਦਮ ਲਿਟ ਕੰਬੀਨੇਸ਼ਨ ਕਰਕੇ ਦਿਖਾ ਰਹੇ ਨੇ ਅਲੱਗ ਅਲੱਗ। ਸਰ ਹੋਰ ਇਹ ਤਾਂ ਹੋ ਗਈ ਪਾਰਟੀ ਵੇਅਰ, ਹੁਣ ਆਪਾਂ ਹੋਰ ਵੀ ਪਾਰਟੀ ਵੇਅਰ ਵਿੱਚ ਹੋਰ ਕਿਹੜੇ ਕਿਹੜੇ ਨਵੇਂ ਡਿਜ਼ਾਈਨਸ ਹੈ? ਪਲਾਜ਼ੋ ਦੇ ਵਿੱਚ ਆ ਲੌਂਗ ਸ਼ਰਟ ਆ ਤੇ ਫਰੰਟ ਕੱਟ ਆ, ਇਸ ਟਾਈਮ ਇਹਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ। ਓਕੇ, ਲੌਂਗ ਸ਼ਰਟ ਕੱਟ ਵਾਲਾ ਦੁਪੱਟਾ ਸ਼ਰਟ ਹੈ ਤੇ ਨਾਲ ਪਲਾਜ਼ੋ ਹੈ ਤੇ ਸਰ ਇਹ ਤਾਂ ਮੈਨੂੰ ਦੇਖਣ 'ਚ ਬਹੁਤ ਜ਼ਿਆਦਾ ਕੋਸਟਲੀ ਲੱਗ ਰਿਹਾ ਹੈ। ਇਹਦੀ ਕਿੰਨੀ ਕੁ ਰੇਂਜ ਹੋਏਗੀ? ਜਿਸ ਹਿਸਾਬ ਨਾਲ ਇਹਦੇ ਸਟੋਨ ਵਰਕ ਕੀਤਾ ਹੋਇਆ ਹੈ, ਇਹਦੀ ਕਾਸਟ ਵਗੈਰਾ ਦੀ ਆਪਾਂ ਗੱਲ ਕਰੀਏ ਕਿੰਨੇ 'ਚ ਹੋਏਗਾ? ਸਿਰਫ 3,000 ਦੀ ਰੇਂਜ ਹੈ ਜੀ। ਸਿਰਫ? ਔਰ ਸਰ ਮਾਰਕੀਟ ਵਿੱਚ ਇਹਦਾ ਕੀ ਰੇਟ ਚੱਲਦਾ? ਮਾਰਕੀਟ ਦੇ ਵਿੱਚ 9,500-8,800 ਇਦਾਂ ਸੇਲ ਹੁੰਦੇ ਪਏ। ਤੁਹਾਨੂੰ 3,000 ਦੇ ਵਿੱਚ ਵਿੱਚ ਇੰਨੇ ਗਰਲਿਸ਼ ਲੁੱਕ ਦੇ ਵਿੱਚ, ਕੁੜੀਆਂ ਨੂੰ ਤਾਂ ਮੈਂ ਕਹਿੰਦੀ ਇਦਾਂ ਦੀ ਓਪਰਚੁਨਿਟੀ ਮਿਲਣੀ ਨਹੀਂ ਹੈ ਜਿਨ੍ਹਾਂ ਦੇ ਵਿਆਹ ਹੈ ਜਾਂ ਫਿਰ ਕੋਈ ਹੋਰ ਕੋਈ ਓਕੇਜ਼ਨ ਹੈ। ਤੁਹਾਨੂੰ ਇੰਨੇ ਵਧੀਆ ਵਧੀਆ ਸੂਟ, ਇੰਨੀਆਂ ਵਧੀਆ ਵੀ ਡਰੈਸਿਸ, ਗਰਲਿਸ਼ ਲੁੱਕ ਜਿਹੜੇ 3,000-3,000 ਵਿੱਚ ਤੁਹਾਨੂੰ ਮਿਲ ਰਹੀਆਂ ਨੇ। ਬੰਦਾ ਰੈਂਟ ਤੇ ਲੈਣ ਦੀ ਤਾਂ ਸੋਚੇ ਹੀ ਨਾ, ਆਪਣੀ ਲੈ ਕੇ ਮੈਂ ਕਹਿੰਦੀ ਬੰਦਾ ਚੱਕੇ। ਵੀ ਕਾਫੀ ਵੈਰਾਈਟੀ ਆਉਂਦੀ ਵੀ ਆ ਲੋ ਸ਼ਰਾਰੇ ਦੇ ਨਾਲ, ਇਹਦਾ ਵੀ ਪ੍ਰਾਈਸ ਸਿਰਫ ਨਾਰਮਲ ਆ 2,500 ਰੁਪਏ। ਇਸ ਟਾਈਮ ਜੇ ਆਪਾਂ ਗੱਲ ਕਰੀਏ ਸਾਡੇ ਮੁਹਰੇ ਜਿੰਨੀ ਵੈਰਾਈਟੀ ਖੁੱਲੀ ਹੋਈ, ਬੜੀ ਗਰਲਿਸ਼ ਹੈ, ਮਤਲਬ ਕਲਰ ਇੰਨੇ ਸੋਹਣੇ ਆ ਕੁੜੀਆਂ ਵਾਸਤੇ, ਤਾਂ ਮੈਂ ਕਹਿੰਦੀ ਕੁੜੀਆਂ ਨੂੰ ਦੇਖ ਕੇ ਹੀ ਰੰਗ ਪਸੰਦ ਆਉਂਦੇ। ਮੈਨੂੰ ਤਾਂ ਖੁਦ ਦੇਖ ਕੇ ਪਸੰਦ ਆ ਰਹੇ ਨੇ, ਦਿਲ ਕਰਦਾ ਮੈਂ ਵੀ ਇੱਕ ਅੱਧਾ ਵਿੱਚੋਂ ਚੱਕ ਕੇ ਲੈ ਜਾਂ। ਇੰਨੇ ਸੋਹਣੇ ਕਲਰ ਹੈ ਔਰ ਉੱਤੋਂ ਡਿਜ਼ਾਈਨ ਇੰਨਾ ਵਧੀਆ ਹੈ, ਜਿਹੜਾ ਸਿਲਵਰ ਵਿੱਚ ਡਿਜ਼ਾਈਨ ਆਪਾਂ ਨੂੰ ਨਜ਼ਰ ਆ ਰਿਹਾ ਹੈ। ਦੁਪੱਟੇ ਤੇ ਲਟਕਣ ਇੰਨੇ ਸੋਹਣੇ ਲੱਗੇ ਨੇ ਤੇ 4 ਸਾਈਡਡ ਜਿਹੜਾ ਦੁਪੱਟਾ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ, ਮਤਲਬ ਫੈਂਸੀ ਜਿਹੜੇ ਸੂਟਸ ਹੈ ਤੁਹਾਡੇ ਕੋਲ ਨਵ
मतलब पूरी तैयारी है, भावे कॉटन दे सूट होन, भावे फैंसी सूट होन। दुपट्टा देखो इहदा किन्ना सोहणा है, दुपट्टे दे साइडां ते नजर मारीए तां स्टोन वर्क, साइज अगेन उही चीज है, साइज प्रॉपर इन्ने वधिया है कि किसे लेडी नूं कोई दिक्कत आएगी नहीं कि साइज करके सूट या ड्रेस जिहड़ी है छड्डनी पवे। काफी आ जांदे इहनां विच जिद्दां दे मर्जी कलर, लाइट डार्क कस्टम, लाइट कलर दा ट्रेंड ज्यादा चलदा पिया। गर्मियां च इह है कि जी सारे जणे लाइट कलर पाणा ही ज्यादा प्रेफर करदे क्योंकि ठंडा कलर ज्यादा पसंद हुंदा है। पार्टी वेयर भी होंगी है, डेली वेयर लेंगे गरारे शरारे डेली आते हैं पार्सल पार्सल। कलर तुम देख सकते हो तो सामने खुले पे ने, स्काई है, पर्पल है, की है, पिंक है, जेड़ा भी कलर है, इन्ने सोने सोने कलर है, यूनीक है और बड़े गर्लिश स्टाइल विच जेड़े है ये सारे ड्रेसेस नू मेंटेन करके रखा हुआ है। बहुत ही मतलब डिफरेंट टच दे रहे हैं सारी ड्रेसेस। बाकी माल डेली आता रहता है, 12-12 कलर आते हैं, 4 लाइट आते हैं, 4 डार्क, ग्रे, गोल्ड, वाइट, इदा दे कलर सारे कलर आते हैं। प्राइस नॉर्मल है सिर्फ 3500 रुपए। 3500 ਵਿੱਚ ਤੁਹਾਨੂੰ ਮੈਂ ਕਹਿੰਨੀ ਇਨਾ ਓਕੇਜ਼ਨਲੀ ਵਧੀਆ ਲਹਿੰਗਾ ਕਿਤੇ ਹੋਰ ਮਿਲਣਾ ਹੀ ਨਹੀਂ ਹੈ। ਆਪਾਂ ਬਾਜ਼ਾਰ ਦੀ ਗੱਲ ਕਰੀਏ ਸਰ, ਬੜੇ ਆਰਾਮ ਨਾਲ 7-8 ਹਜ਼ਾਰ ਦੇ ਇਦਾਂ ਦੇ ਲਹਿੰਗੇ ਵਿਕਦੇ ਆ। 7000, 8000, 9000 ਬੜੇ ਆਰਾਮ ਨਾਲ, ਕਈ ਰੈਂਟ ਤੇ ਲੈ ਲੈਂਦੇ ਨੇ। ਇੰਨੇ ਜ਼ਿਆਦਾ ਕੋਸਟਲੀ ਹੁੰਦੇ ਆ ਕਿ ਲੋਕੀ ਰੈਂਟ ਤੇ ਲੈਣਾ ਜ਼ਿਆਦਾ ਪ੍ਰੈਫਰ ਕਰਦੇ ਨੇ, ਪਰ ਇੱਥੇ ਰੇਟ ਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਰੈਂਟ ਤੇ ਲੈਣ ਦੀ ਲੋੜ ਹੀ ਨਹੀਂ, ਬੰਦਾ ਆਪਣੇ ਹੀ ਕੱਪੜੇ ਚੱਕੇ ਆਪਣੀ ਹੀ ਡਰੈਸਿਸ ਬਣਾਵੇ। चोली देखो ये किन्नी सोहनी, मतलब इन्ने डिफरेंट विच डिजाइन विच इन्हू बनाया होया वा। सर इस लहंगे दे प्राइस भी सानू जरूर दसो। सिर्फ नॉर्मल है 3800 रुपए। 3800 विच तुहानू पार्टी वेयर लहंगे मिल रहे आ, ये सच्ची कहिए तां मतलब इदां दी डील मैं कहनी किते होर मिलनी नहीं हैगी आपां नू, कि इन्ने वधिया वधिया लहंगे, ड्रेसां, शरारे, गरारे आपां नू 3500-3500 3000 विच फड़ाई जांदे ने। दसो आपां नू होर की चाहिए जनानियां नू। आपां नू इही हुंदा है कि जी चीज वधिया होवे ते दूजी गल अपने रेट जेड़ा ओह टका के होवे कि आपां नू वध खर्चना ना पवे। इत्थे देख के लगदा पिया तुहानू कि आपां नू वध खर्चन दी लोड़ हैगी, 3000-3500 विच लहंगे वंडी जांदे ने। गर्मियां दे दिन चल रहे ने, जे आपां हुण गल करिए इत्थे लेडीज़ दे सब तो पहला प्रेफरेंस दी की मंगदियां ने, गर्मियां दे सूट डेली वेयर सॉफ्ट टच विच सूट। तो एक बार कॉटन दे सूटां दे वी आपां झाती मारांगे जिहड़े आपां डेली वेयर विच पा सकदे आ। सर कॉटन दे सूट च तुसीं की दिखाना चाहोगे, किहड़ी तुहाडे कोल नवीं वैरायटी आई है, ते प्राइस वगैरह भी थोड़ा नाल एक्सप्लेन करो। जिद्दां डेली वेयर थोड़े बहुत डेली वेयर जिद्दां कॉलेज वगैरह वेयर, आ देखो चिकन दी बॉटम है, जे आपां कल्ली बॉटम लैण जाईए ते 500 रुपए दी कल्ली बॉटम ही आंदी आ, ते प्योर कैमरी कॉटन दी शर्ट आ जी। प्लाजो या सलवार मिल रही है, कलर तुहाडे सामने है डिफरेंट, तीन तीन मतलब चार तुहानू डिजाइन्स वखरे वखरे मिल रहे, प्रिंट मिल रहे है। होर सर इस तों इलावा केड़ी नवीं वैरायटी है गर्मियां दी? $1400 ਨਾਲੀ ਮੇਨ ਗੱਲ ਹੈ ਇਹਨਾਂ ਦਾ ਦੁਪੱਟੇ ਸਾਰਿਆਂ ਨਾਲ ਪਿਓਰ ਦੇ, ਆ ਦੇਖੋ ਆ ਵੀ 500 ਰੁਪਏ ਚ ਮਿਲਣਾ ਪਿਓਰ ਦੇ ਦੁਪੱਟਿਆਂ ਦੇ ਨਾਲ। ਕਲਰ ਕਿੰਨਾ ਜ਼ਿਆਦਾ ਸੋਹਣਾ ਹੈ, ਗਰਲਿਸ਼ ਕਲਰ ਹੈ, ਉੱਪਰ ਪ੍ਰਿੰਟ ਇੰਨਾ ਸੋਹਣਾ ਹੈ, ਤੇ ਇਹ ਵੀ ਮਤਲਬ ਉਹ ਅਗੇਨ ਉਹੀ ਚੀਜ਼ ਹੈ, ਦੁਪੱਟਾ ਬਹੁਤ ਸੋਹਣਾ ਹੈ, 4 ਸਾਈਡਡ ਹੈ, ਲੈਸ ਬੜੀ ਸੋਹਣੀ ਲੱਗੀ ਹੋਈ ਹੈ, ਕਲਰਫੁਲ, ਤੇ ਕਲਰ ਸਾਰੇ ਗਰਲਿਸ਼ ਹੈ। ਸਰ ਇਹਦੇ ਵਿੱਚ ਮੈਨੂੰ ਲੱਗਦਾ 3-4 ਕਲਰ ਤਾਂ ਹੋਣਗੇ ਬੜੇ ਆਰਾਮ ਨਾਲ। ਕਲਰ ਰੇਕ ਚ 4-4 ਕਲਰ ਆਉਂਦੇ ਆ, ਮਤਲਬ ਆਪਸ਼ਨ ਮਿਲ ਜਾਂਦੀ ਇੱਕ ਲੇਡੀ ਨੂੰ ਕਿ ਕਲਰ ਪ੍ਰੈਫਰੈਂਸ ਆਪਣੀ ਦੱਸ। ਹਾਂਜੀ ਹਾਂਜੀ, ਜਿੱਦਾਂ ਪੀਚ ਕਲਰ ਆ ਜਾਂਦਾ, ਫਰੋਜੀ ਕਲਰ ਆ ਜਾਂਦਾ, ਗਾਜਰੀ ਕਲਰ, ਹਰੇਕ ਚ 4-4 ਕਲਰ ਤੁਹਾਨੂੰ ਹਰੇਕ ਪੀਸ ਮਿਲੂਗੇ। ਇਹਦਾ ਵੀ ਸਰ ਪ੍ਰਾਈਸ ਅਗੇਨ ਸਿਰਫ 500। ਗਰਮੀਆਂ ਦੇ ਸਾਰੇ ਕੱਪੜੇ ਮਤਲਬ 500 ਤੱਕ ਤੁਹਾਨੂੰ ਬੜੇ ਆਰਾਮ ਨਾਲ ਘਰ ਪਾਣ ਵਾਲੇ ਮਿਲ ਜਾਏਗੇ। ਕੱਪੜਾ ਬਹੁਤ ਸੋਹਣਾ, ਆ ਦੇਖੋ ਦੁਪੱਟਾ ਵੀ ਨਾਲ ਵਰਕ ਵਾਲਾ, ਸਿਰਫ 1100 ਰੁਪਏ ਦੇ ਦੋ। 1100 ਦੇ ਦੋ ਸੂਟ, ਦੁਪੱਟਾ ਬਹੁਤ ਸੋਹਣਾ। ਇੱਕ ਵਾਰ ਦੁਪੱਟੇ ਤੇ ਆਪਾਂ ਨਿਗਾਹ ਕਰੀਏ ਤਾਂ ਦੇਖੋ ਥਰੈਡ ਵਰਕ ਚ ਦੁਪੱਟਾ ਹੈ, ਕਲਰ ਦੋਨੋਂ ਹੀ ਬੜੇ ਸੋਹਣੇ ਆ। ਆ ਦੇਖੋ ਡਿਜ਼ਾਈਨਿੰਗ ਜਿੰਨੀ ਮਰਜ਼ੀ ਪਾਵਾ, 500 ਡਿਜ਼ਾਈਨ ਲੈ ਲਓ ਇਹਦੇ ਵਿੱਚ। ਇਹ ਆਸ਼ੂ ਦੀ ਹੱਟੀ ਦੇ ਮਾਲ ਡੇਲੀ ਆਂਦਾ ਪਿਆ, ਡੇਲੀ ਵੈਰਾਈਟੀ ਆਂਦੀ ਪਈ ਆਪਣੇ ਕੇ, ਇਹ ਸਿਰਫ 1100 ਦੇ ਦੋ ਪੈਣੇ।
ਉਹ ਇੰਨਾ ਜ਼ਿਆਦਾ ਸੋਹਣਾ ਹੈ ਕਿ ਇੱਕ ਸੂਟ ਨੂੰ ਡਿਫਰੈਂਟ ਟੱਚ ਕਾਟਨ ਦੇ ਆ ਲੇਕਿਨ ਕਾਟਨ 'ਚ ਹੁੰਦਾ ਕਿ ਸੂਟ ਸਿੰਪਲ ਹੋਣ ਲੇਕਿਨ ਇੱਥੇ ਥਰੈਡ ਵਰਕ ਇੰਨਾ ਸੋਹਣਾ ਹੈ ਕਿ ਕਾਟਨ ਦੇ ਸੂਟਾਂ ਨੂੰ ਵੀ ਲੱਗ ਹੀ ਨਹੀਂ ਰਿਹਾ ਹੈਗਾ ਕਿ ਇਹ ਘਰ ਪਾਉਣ ਵਾਲੇ ਸੂਟ ਹੋਣਗੇ ਜਾਂ ਸਿੰਪਲ ਸੂਟ ਹੋਣਗੇ ਬਾਕੀ ਅਸੀਂ ਇਹਦੇ ਕਸਟਮਰ ਨੂੰ ਕਹੀਦਾ ਕਿ ਦੁਕਾਨ ਤੇ ਆ ਕੇ ਵਿਜ਼ਿਟ ਕਰੋ ਕੱਪੜਾ ਦੇਖੋ ਵੈਰਾਈਟੀ ਦੇਖੋ ਰੇਟ ਦੇਖੋ ਫੇਰ ਸਹੀ ਗੱਲ ਹੈ ਕਿਉਂਕਿ ਕੱਪੜੇ ਦਾ ਹੱਥ ਲਾ ਕੇ ਮੋਹਰੇ ਬੈਠ ਕੇ ਪਤਾ ਲੱਗ ਉਹੀ ਚੀਜ਼ ਹੈ ਉਹ ਕਹਿ ਰਹੇ ਨੇ ਕਿ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਇੱਕ ਵਾਰ ਵਿਜ਼ਿਟ ਕਰਕੇ ਦੇਖੂਗੇ ਕੱਪੜੇ ਨੂੰ ਹੱਥ ਲਾ ਕੇ ਉਹਦੀ ਕੁਆਲਿਟੀ ਚੈੱਕ ਕਰੂੰਗੇ ਪ੍ਰਾਈਸ ਸਾਡੇ ਮੋਹਰੇ ਜਦ ਤੁਸੀਂ ਟੈਗ ਲੱਗੇ ਤਾਂ ਸੂਟਾਂ ਤੇ ਦੇਖੂਗੇ ਤੁਹਾਨੂੰ ਫੇਰ ਯਕੀਨ ਹੋਏਗਾ ਕਿ ਇਹ ਚੀਜ਼ ਕਿੰਨੀ ਸੋਹਣੀ ਹੈ ਤਾਂ ਤੁਹਾਨੂੰ ਕਿੰਨੇ ਘੱਟ ਰੇਟ ਵਿੱਚ ਮਿਲ ਰਹੀ ਹੈ ਇੱਕ ਸੂਟ ਖਰੀਦਣ ਆਉਂਗੇ ਚਾਰ ਚਾਰ ਪੰਜ ਪੰਜ ਖਰੀਦਦੇ ਤੁਸੀਂ ਲੈ ਕੇ ਜਾਓਗੇ ਸਾਡੇ ਮੋਹਰੇ ਇੱਥੇ ਪਰੂਫ ਹੈ ਅਸੀਂ ਕਸਟਮਰਸ ਨਾਲ ਗੱਲ ਕਰਦੇ ਹਾਂ ਕਿ ਚਾਰ ਸੂਟ ਲੈਣ ਆਏ ਸੀ ਗਰਮੀਆਂ ਦੇ ਦੋ ਤਿੰਨ ਸੂਟ ਲੈਣ ਆਏ ਸੀ ਕਿਤੇ ਸੱਤ ਅੱਠ 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 ਸੂਟ ਮਤਲਬ ਇਕੱਠੇ ਲੈ ਕੇ ਜਾ ਰਹੇ ਨੇ ਜਿਹੜੇ ਵਿਆਹ ਦੀ ਸ਼ਾਪਿੰਗ ਕਰਨ ਆ ਰਹੇ ਨੇ ਉਹਨਾਂ ਨੂੰ ਇੰਨੇ ਘੱਟ ਪ੍ਰਾਈਸ ਵਿੱਚ ਥੱਦੇ ਦੇ ਥੱਦੇ ਮਿਲ ਰਹੇ ਨੇ ਤਾਂ ਇਸ ਕਰਕੇ ਇੱਥੋਂ ਸਾਰਾ ਹੀ ਸਮਾਨ ਚੱਕ ਰਹੇ ਨੇ ਕਸਟਮਰ ਨਾਲ ਗੱਲਬਾਤ ਕਰਾਂਗੇ ਸਰ ਕਿੱਥੋਂ ਆਏ ਹੋ ਤੁਸੀਂ ਜਲੰਧਰ ਤੋਂ ਜਲੰਧਰ ਤੋਂ ਆਏ ਹੋ ਸਰ ਆਪਣੇ ਵਾਈਫ ਵਾਸਤੇ ਸ਼ਾਪਿੰਗ ਕਰਨ ਆਏ ਹੋ ਜਾਂ ਫਿਰ ਆਪਣੇ ਕਿਸੇ ਰਿਲੇਟਿਵ ਨਾਲ ਸਿਸਟਰ ਮਦਰ ਬਾਰ ਬਾਰ ਆਉਂਦੇ ਹੋ ਮਤਲਬ ਪ੍ਰਾਈਸ ਦੀ ਗੱਲ ਕਰੀਏ ਜਾਂ ਫਿਰ ਆਪਾਂ ਇਹਦੀ ਕੁਆਲਿਟੀ ਦੀ ਗੱਲ ਕਰੀਏ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਫਸਟ ਕੁਆਲਿਟੀ ਅੱਛੀ ਲੱਗਦੀ ਹੈ ਮੈਮ ਆਲ ਵੈਰਾਈਟੀਜ਼ ਮਿਲ ਜਾਂਦੀ ਹੈਗੀ ਹੈ ਇਸ ਕਰਕੇ ਇੱਥੇ ਆਈਦਾ ਹੈ ਕਸਟਮਰਸ ਦਾ ਉਹੀ ਚੀਜ਼ ਹੈ ਕਹਿਣਾ ਹੈ ਕਿ ਕੁਆਲਿਟੀ ਵਾਈਜ਼ ਸਾਨੂੰ ਕੱਪੜੇ ਇੱਥੇ ਬਹੁਤ ਵਧੀਆ ਮਿਲਦੇ ਆ ਅਤੇ ਨਾਲ ਹੀ ਨਾਲ ਪ੍ਰਾਈਸ ਵਗੈਰਾ ਵੀ ਜੈਨੂਅਨ ਆ ਮਤਲਬ ਇੰਨਾ ਵਧੀਆ ਰੇਟ 'ਤੇ ਆਪਾਂ ਨੂੰ ਮਿਲ ਜਾਂਦਾ ਕਿ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਇੱਕੋ ਥਾਂ 'ਤੇ ਆ ਕੇ ਆਪਾਂ ਸਾਰਾ ਇੱਕੋ ਵਾਰ 'ਚ ਸ਼ੋਪਿੰਗ ਕਰ ਲਈਦੀ ਹੈ ਸਰ ਆਪਣੇ ਲਈ ਵੀ ਕੁੜਤੇ ਪਜਾਮੇ ਵਗੈਰਾ ਵੀ ਤੁਸੀਂ ਦੇਖੇ ਹੋਣਗੇ ਜਾਂ ਫਿਰ ਲੇਡੀਜ਼ ਨਹੀਂ ਮੈਂ ਆਪਣੇ ਲਈ ਕੁੜਤਾ ਪਜਾਮਾ ਆਪਣੇ ਜੈਕਟਸ ਵਗੈਰਾ ਉਹ ਵੀ ਸਾਰੀ ਮੈਂ ਇੱਥੋਂ ਲਈ ਹੈਗੀ ਹੈ ਉਹਨਾਂ ਦੀ ਕੁਆਲਿਟੀ ਵਗੈਰਾ ਕਿੱਦਾਂ ਪਜੈਂਟ ਸੈਕਸ਼ਨ ਬਹੁਤ ਬਹੁਤ ਅੱਛੀ ਹੈ ਆਲ ਕੁਆਲਿਟੀਜ਼ ਬੈਟਰ ਹਾਂਜੀ ਉਹ ਇਸ ਕਰਕੇ ਲੈ ਕੇ ਗਏ ਹਾਂ ਠੀਕ ਹੈ ਮਤਲਬ ਲੇਡੀਜ਼ ਦੇ ਸੂਟਾਂ ਦੀ ਆਪਾਂ ਗੱਲ ਕਰੀ ਤਾਂ ਉਸ ਤੋਂ ਇਲਾਵਾ ਹੁਣ ਆਪਾਂ ਜੈਂਟਸ ਦੀ ਗੱਲ ਕਰੀ ਤਾਂ ਉਹ ਵੀ ਇੱਥੋਂ ਕੁਆਲਿਟੀ ਵਾਈਜ਼ ਕੱਪੜਾ ਇੰਨਾ ਵਧੀਆ ਮਿਲਦਾ ਹੈ ਅਤੇ ਪ੍ਰਾਈਸ ਵਗੈਰਾ ਵੀ ਜੈਨੂਅਨ ਹੁੰਦਾ ਜਿਹਦੇ ਕਰਕੇ ਇੱਥੇ ਲੋਕ ਬਾਰ ਬਾਰ ਆਉਣਾ ਪਸੰਦ ਕਰਦੇ ਆ ਜਿਵੇਂ ਕਿ ਸਾਡੇ ਕਸਟਮਰ ਨੇ ਦੱਸਿਆ ਹੀ ਹੈ ਕਿ ਉਹ ਪਹਿਲਾਂ ਵੀ ਇੱਥੇ ਆਏ ਹੋਏ ਨੇ ਅਤੇ ਹਜੇ ਵੀ ਉਹਨਾਂ ਨੇ ਅੱਗੇ ਬਹੁਤ ਵਾਰੀ ਇੱਥੇ ਆਉਣਾ ਹੈ ਕਿਉਂਕਿ ਕੁਆਲਿਟੀ ਅਤੇ ਪ੍ਰਾਈਸ ਦੋਨੋਂ ਹੀ ਬੜੇ ਖਰੇ ਇੱਥੇ ਹੁੰਦੇ ਨੇ ਅਸੀਂ ਪਾਰਟੀਵੇਅਰ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਇੱਥੇ ਕਸਟਮਰਸ ਜਿਹੜੇ ਨੇ ਸ਼ੋਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਆਹ ਦੀ ਸ਼ੋਪਿੰਗ ਜਾਂ ਫਿਰ ਕਹਿ ਸਕਦੇ ਹਾਂ ਕੋਈ ਓਕੇਜ਼ਨਲੀ ਸ਼ੋਪਿੰਗ ਗੱਲਬਾਤ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਕਿ ਪਹਿਲੀ ਵਾਰ ਆਏ ਹੋ ਜਾਂ ਫਿਰ ਰਿਵਿਊ ਲਵਾਂਗੇ ਇਹਨਾਂ ਦੇ ਮੈਮ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ ਜਾਂ ਫਿਰ ਪਹਿਲਾਂ ਵੀ ਕਦੀ ਵਿਜ਼ਿਟ ਕੀਤਾ ਹੈ ਨਹੀਂ ਪਹਿਲਾਂ ਵੀ ਮੈਂ ਆਈ ਤੁਸੀਂ ਕਿੱਥੋਂ ਆਏ ਹੋ ਮੈਮ ਮੈਂ ਲੋਕਲ ਫਗਵਾੜੇ ਤੋਂ ਹੀ ਹਾਂ ਓਕੇ ਲੋਕਲ ਫਗਵਾੜੇ ਤੋਂ ਤੁਸੀਂ ਇੱਥੇ ਦੇਖ ਸਕਦੇ ਹਾਂ ਆਪਾਂ ਲਹਿੰਗੇ ਵਗੈਰਾ ਯਾਨੀ ਕਿ ਤੁਸੀਂ ਕੋਈ ਵਿਆਹ ਦੀ ਜਾਂ ਫਿਰ ਕੋਈ ਓਕੇਜ਼ਨਲੀ ਕਰਨ ਆਏ ਹੋ ਹਾਂਜੀ ਓਕੇਸ਼ਨਲੀ ਠੀਕ ਹੈ ਦੱਸ ਸਕਦੇ ਹੋ ਕੋਈ ਵਿਆਹ ਹੈ ਜਾਂ ਫਿਰ ਕੀ ਚੀਜ਼ ਹੈ ਹਾਂਜੀ ਮੈਰਿਜ ਹੈ ਵੈਸੇ ਓਕੇ ਹਾਂ ਤੇ ਮੈਰਿਜ ਦੀ ਤੁਸੀਂ ਸ਼ਾਪਿੰਗ ਕਰਨ ਆਏ ਹੋ ਪਹਿਲਾਂ ਵੀ ਇੱਥੇ ਆਏ ਹੋ ਤੇ ਮੈਮ ਮਤਲਬ ਕੀ ਰੀਜ਼ਨ ਹੈ ਤੁਸੀਂ ਇੱਥੇ ਬਾਰ ਬਾਰ ਆਉਣਾ ਕਿਉਂ ਪਸੰਦ ਕਰਦੇ ਹੋ ਮਤਲਬ ਕੁਆਲਿਟੀ ਦੀ ਗੱਲ ਕਰੀਏ ਜਾਂ ਫਿਰ ਪ੍ਰਾਈਸ ਕੀ ਤੁਹਾਨੂੰ ਮਤਲਬ ਦੋਨਾਂ 'ਚੋਂ ਕਿਹੜੀ ਚੀਜ਼ ਵਧੀਆ ਲੱਗਦੀ ਨਹੀਂ ਪ੍ਰਾਈਸ ਵੀ ਇੱਥੇ ਰੀਜ਼ਨੇਬਲ ਹੈ ਔਰ ਵੈਰਾਈਟੀ ਲੋਟ ਆਫ ਵੈਰਾਈਟੀ ਹੈ ਇੱਥੇ ਦੋਨੋਂ ਚੀਜ਼ਾਂ ਹੈ ਠੀਕ ਹੈ ਮਤਲਬ ਕੁਆਲਿਟੀ ਵੀ ਵਧੀਆ ਹੁੰਦੀ ਹੈ ਕੱਪੜੇ ਦੀ ਹਾਂਜੀ ਕੁਆਲਿਟੀ ਵੀ ਇਟਸ ਗੁੱਡ ਠੀਕ ਹੈ ਹਾਂ ਪ੍ਰਾਈਸ ਵਾਈਜ਼ ਅੱਛਾ ਜੀ ਕਸਟਮਰਸ ਕਹਿ ਉਹੀ ਕਹਿ ਰਹੇ ਨੇ ਕਿ ਬਹੁਤ ਵਧੀਆ ਪ੍ਰਾਈਜ਼ ਹੁੰਦਾ ਇਹਨਾਂ ਦਾ ਅਤੇ ਨਾਲ ਹੀ ਨਾਲ ਆਪਾਂ ਹੋਰ ਇੱਥੇ ਕਸਟਮਰਸ ਬੈਠੇ ਨੇ ਜਿਹੜੇ ਸ਼ੋਪਿੰਗ ਕਰ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਤੁਸੀਂ ਕਿੱਥੋਂ ਆਏ ਹੋਏ ਹੋ ਪਾਨੀਪਤ ਪਾਨੀਪਤ ਤੋਂ ਆਏ ਹੋਏ ਨੇ ਅਤੇ ਮੈਮ ਤੁਸੀਂ ਪਹਿਲਾਂ ਵੀ ਆਏ ਹੋ ਜਾਂ ਫਿਰ ਫਸਟ ਟਾਈਮ ਵਿਜ਼ਿਟ ਫਸਟ ਟਾਈਮ ਤੁਹਾਨੂੰ ਕਿੱਦਾਂ ਪਤਾ ਲੱਗਾ ਇਸ ਸ਼ੋਪ ਦਾ ਲਾਈਕ ਕਿੱਥੋਂ ਤੁਸੀਂ ਸੁਣਿਆ ਇਸ ਸ਼ੋਪ ਦਾ ਰਿਲੇਟਿਵਸ ਕਿ ਰਿਲੇਟਿਵਸ ਸਾਡੇ ਇੱਥੇ ਹੀ ਸੀ ਰਿਲੇਟਿਵਸ ਓਕੇ ਇਹਨਾਂ ਨੇ ਤੁਹਾਨੂੰ ਦੱਸਿਆ ਅਤੇ ਤੁਸੀਂ ਵਿਆਹ ਦੀ ਸ਼ੋਪਿੰਗ ਕਰਨ ਆਏ ਲੱਗਦੇ ਹੋ ਜਿੱਦਾਂ ਲਹਿੰਗੇ ਵਗੈਰਾ ਹੈ ਤਾਂ ਠੀਕ ਹੈ ਅਤੇ ਮੈਮ ਤੁਸੀਂ ਕੱਪੜੇ ਦੇਖ ਰਹੇ ਹੋ ਤਾਂ ਤੁਹਾਨੂੰ ਮਤਲਬ ਕੁਆਲਿਟੀ ਵਾਈਜ਼ ਕਿਵੇਂ ਲੱਗੇ ਕੱਪੜੇ ਕੁਆਲਿਟੀ ਤਾਂ ਬਹੁਤ ਅੱਛੀ ਹੈ ਡਿਫਰੈਂਟ ਹੈ ਓਕੇ ਮਤਲਬ ਡਿਜ਼ਾਈਨਸ ਵੀ ਤੁਹਾਨੂੰ ਵਧੀਆ ਲੱਗੇ ਹੈ ਅਤੇ ਪ੍ਰਾਈਸ ਵਗੈਰਾ ਮੈਮ ਅਭੀ ਤਾਂ ਪ੍ਰਾਈਸ ਸਹੀ ਲੱਗ ਰਿਹਾ ਕੋਈ ਹਾਈ ਰੇਂਜ ਨਹੀਂ ਹੈ ਅੱਛਾ ਲੱਗ ਰਿਹਾ ਅਭੀ ਤੱਕ ਮਤਲਬ ਆਪਾਂ ਫੈਂਸੀ ਕੱਪੜਿਆਂ ਦੀ ਗੱਲ ਕਰੀਏ ਤਾਂ ਉਹਦੇ ਵੀ ਤੁਹਾਨੂੰ ਪ੍ਰਾਈਸਿਸ ਕਾਫੀ ਜੈਨੂਇਨ ਲੱਗਦੇ ਨੇ ਤਾਂ ਕੀ ਲੱਗਦਾ ਮਤਲਬ ਕਿੰਨੀ ਕੁ ਸ਼ੋਪਿੰਗ ਕਰਕੇ ਜਾਓਗੇ ਜਾਂ ਫਿਰ ਕਿੰਨੀ ਕੁ ਕਰ ਲਈ ਅਭੀ ਸਟਾਰਟ ਕੀਤਾ ਉਮੀਦ ਹੈ ਔਰ ਕਰੇਂਗੇ ਅੱਛੀ ਠੀਕ ਹੈ ਮਤਲਬ ਪਸੰਦ ਆ ਰਿਹਾ ਤਾਂ ਅੱਗੇ ਕੀ ਕਰੀ ਜਾਓਗੀ ਠੀਕ ਹੈ ਮੈਮ ਤੁਸੀਂ ਪਹਿਲੀ ਵਾਰ ਆਏ ਹੋ ਜਾਂ ਫਿਰ ਤਾਂ ਤੁਸੀਂ ਤਾਂ ਉਹਨਾਂ ਦੇ ਰਿਲੇਟਿਵਸ ਹੋ ਤਾਂ ਤੁਸੀਂ ਦੱਸਿਆ ਹੋਇਆ ਵਾ ਤੁਸੀਂ ਤਾਂ ਲੱਗਦਾ ਕਾਫੀ ਸ਼ੋਪਿੰਗ ਕੀਤੀ ਹੋਈ ਮੈਂ ਲਹਿੰਗਾ ਲੈ ਕੇ ਗਈ ਹਾਂ ਔਲਰੇਡੀ ਪਹਿਲਾਂ ਵੀ ਤੁਸੀਂ ਲਿਆ ਹੋਇਆ ਤੇ ਕੀ ਮਤਲਬ ਪ੍ਰਾਈਸ ਦੱਸ ਸਕਦੇ ਹੋ ਤਾਂ ਕੀ ਪ੍ਰਾਈਸ ਸੀ ਜਾਂ ਫਿਰ ਕੁਆਲਿਟੀ ਤੁਹਾਨੂੰ ਕਿੱਦਾਂ ਦੀ ਲੱਗੀ ਜਾਂ ਫਿਰ ਉਹਦੀ ਡਿਜ਼ਾਈਨ ਕਿੱਦਾਂ ਦਾ ਸੀ 9 to 10,000 ਸੀ ਕਾਫੀ ਅੱਛਾ ਸੀ ਹਾਂਜੀ ਮਿਰਰ ਵਰਕ ਸੀ ਜਾਂ ਫਿਰ ਥਰੈਡ ਵਰਕ ਸੀ ਕਿੱਦਾਂ ਦਾ ਸੀ ਸਿੱਪੀ ਟਾਈਪ ਵਰਕ ਸੀ ਉੱਤੇ ਮਤਲਬ ਤੁਹਾਨੂੰ ਕੁਆਲਿਟੀ ਵਾਈਜ਼ ਬਹੁਤ ਵਧੀਆ ਲੱਗਾ
ਠੀਕ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਾਟਨ ਦੇ ਸੂਟ ਤੋਂ ਇਲਾਵਾ ਫੈਂਸੀ ਸੂਟਸ ਦੀ ਆਪਾਂ ਡਰੈਸਸ ਦੀ ਗੱਲ ਕਰੀਏ ਤਾਂ ਓਕੇਜਨਲੀ ਤਾਂ ਉਹ ਵੀ ਇੰਨੇ ਘੱਟ ਪ੍ਰਾਈਸ ਤੇ ਜੈਨੂਇਨ ਪ੍ਰਾਈਸ ਤੇ 8-10 ਹਜ਼ਾਰ ਚ ਇੰਨੇ ਵਧੀਆ ਵਧੀਆ ਹੈਵੀ ਹੈਵੀ ਲਹਿੰਗੇ ਤੁਹਾਡੇ ਸਾਹਮਣੇ ਖੁੱਲੇ ਨੇ ਤੇ ਕਸਟਮਰ ਜਿਹੜੇ ਪਸੰਦ ਕਰਕੇ ਇੱਥੋਂ ਲੈ ਕੇ ਜਾ ਰਹੇ ਨੇ ਇੱਕ ਹੋਰ ਕਸਟਮਰ ਸਾਡੇ ਨਾਲ ਬੈਠੇ ਨੇ ਦੇਖਣ ਨੂੰ ਲੱਗ ਰਿਹਾ ਹੈ ਕਿ ਕਾਟਨ ਯਾਨੀ ਕਿ ਗਰਮੀਆਂ ਦੇ ਕੱਪੜਿਆਂ ਦੀ ਸ਼ਾਪਿੰਗ ਕਰਨ ਆ ਕਰਦੇ ਆ ਮੈਮ ਤੁਸੀਂ ਕਿੱਥੋਂ ਆਏ ਹੋ ਅਸੀਂ ਇਟਲੀ ਤੋਂ ਆਏ ਹਾਂ ਓਕੇ ਤੁਸੀਂ ਇਟਲੀ ਤੋਂ ਸ਼ਾਪਿੰਗ ਕਰਨ ਆਏ ਹੋ ਇੱਥੇ ਸਪੈਸ਼ਲੀ ਵਾਲੀ ਸ਼ਾਪ ਤੇ ਮੈਮ ਤੁਹਾਨੂੰ ਇਸ ਸ਼ਾਪ ਬਾਰੇ ਕਿਹਨੇ ਦੱਸਿਆ ਕਿ ਮਤਲਬ ਕਿ ਤੁਸੀਂ ਕਿਸੇ ਤੋਂ ਸੁਣਿਆ ਹੋਗਾ ਤਾਂ ਇੱਥੇ ਆਏ ਹੋ ਸ਼ਾਪਿੰਗ ਕਰਨ ਹਾਂ ਸੁਣਿਆ ਵੀ ਸੀਗਾ ਵੈਸੇ ਮੈਂ ਨੈਟ ਵਗੈਰਾ ਤੇ ਵੀ ਦੇਖਿਆ ਸੀ ਓਕੇ ਮਤਲਬ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੈ ਕਾਫੀ ਵਾਇਰਲਸ ਹੋਈਆਂ ਹੋਣੀਆਂ ਇਸ ਸ਼ਾਪ ਦੀ ਵੀਡੀਓਜ਼ ਤੁਸੀਂ ਉੱਥੋਂ ਦੇਖਿਆ ਤੇ ਤੁਹਾਨੂੰ ਕਿਵੇਂ ਲੱਗੀ ਲਾਈਕ ਕੁਆਲਿਟੀ ਵਾਈਜ਼ ਕੱਪੜੇ ਦੀ ਗੱਲ ਕਰੀਏ ਫਿਰ ਪ੍ਰਾਈਸ ਵਾਈਜ਼ ਕਿਵੇਂ ਲੱਗਾ ਹਾਂਜੀ ਵਧੀਆ ਹੈ ਪ੍ਰਾਈਸ ਵੀ ਠੀਕ ਹੈ ਹਾਂ ਹੁਣ ਤੱਕ ਕਿੰਨੀ ਸ਼ਾਪਿੰਗ ਕਰ ਚੁੱਕੇ ਹੋ ਤੇ ਕਿੱਦਾਂ ਦੇ ਸੂਟਸ ਖਰੀਦਿਆ ਤੁਸੀਂ ਕਾਟਨ ਦੇ ਸੂਟ ਲਏ ਆ ਗਰਮੀਆਂ ਵਾਸਤੇ ਹਾਂ ਕੁਆਲਿਟੀ ਵਾਈਜ਼ ਕਿਵੇਂ ਹਾਂ ਵਧੀਆ ਹੈ ਤੇ ਪ੍ਰਾਈਸ ਵਗੈਰਾ ਇਹਨਾਂ ਦੇ ਕਿਵੇਂ ਜੈਨੂਇਨ ਹਾਂ ਹਾਂ ਠੀਕ ਹੈ ਪ੍ਰਾਈਸ ਵੀ ਸਾਰੇ ਸਹੀ ਕਿੰਨੇ ਕਿ ਲੈ ਲਏ ਹੁਣ ਤੱਕ ਸੂਟ ਕੀ ਲੱਗਦਾ ਹੈ ਕਿੰਨੀ ਸ਼ਾਪਿੰਗ ਹੋ ਜਾਏਗੀ 7-8 ਸੂਟ ਲਏ ਆ ਨਾ ਚਲੋ ਮਤਲਬ ਸ਼ਾਪਿੰਗ ਹੈ ਤਾਂ ਕੰਟੀਨਿਊ ਹੈ 7-8 ਲੈ ਚੁੱਕੇ ਹੋ ਤੇ ਅਜੇ ਹੋਰ ਵੀ ਅੱਗੇ ਲੈ ਸਕਦੇ ਹੋ ਮਤਲਬ ਵਧੀਆ ਲੱਗਿਆ ਤੁਹਾਨੂੰ ਕੁਆਲਿਟੀ ਤੇ ਮੈਮ ਤੁਹਾਡੇ ਨਾਲ ਤੁਹਾਡੇ ਮਦਰ ਆਏ ਨੇ ਹਾਂਜੀ ਤੇ ਮੈਮ ਤੁਸੀਂ ਕਿੰਨੀ ਸ਼ਾਪਿੰਗ ਕਰ ਲਈ ਹੈ ਜਾਂ ਕਿੰਨੀ ਕਰਨੀ ਹੈ ਦੇਖੋ ਜੀ ਅਸੀਂ ਸ਼ਾਪਿੰਗ ਇਕੱਠਿਆਂ ਨੇ ਕੀਤੀ ਹੈ ਹੈ ਨਾ ਵੈਸੇ ਸਮਾਨ ਅਸੀਂ ਕਾਫੀ ਲਿਆਇਆ ਔਰ ਕਾਫੀ ਲੈ ਵੀ ਲਵਾਂਗੇ ਵੀ ਕਿਉਂਕਿ ਸਾਨੂੰ ਬਹੁਤ ਵਧੀਆ ਲੱਗਿਆ ਬਾਜ਼ਾਰ ਨਾਲੋਂ ਕਾਫੀ ਰੇਟ ਸਹੀ ਆ ਇੱਕ ਇਹ ਆ ਵੀ ਫਿਕਸ ਰੇਟ ਆ ਸਾਨੂੰ ਕੋਈ ਉਲਟਾ ਪਲਟਾ ਕਰਨਾ ਨਹੀਂ ਪੈਂਦਾ ਹੈ ਨਾ ਇਸ ਕਰਕੇ ਸਾਨੂੰ ਵਧੀਆ ਲੱਗਿਆ ਕਿ ਦਿਮਾਗ ਖਰਾਬ ਨਹੀਂ ਕਰਨਾ ਪੈਂਦਾ ਇੱਕ ਦੂਜੇ ਦੇ ਮਗਰ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਮ ਦਾ ਕਹਿਣਾ ਹੈ ਕਿ ਫਿਕਸ ਰੇਟ ਹੈ ਇੰਨਾ ਜੈਨੂਇਨ ਰੇਟ ਹੈ ਕਿ ਸਾਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਿ ਜੀ ਰੇਟ ਵਧਾਓ ਜਾਂ ਘਟਾਓ ਵਧਾਉਣ ਨੂੰ ਤਾਂ ਵੈਸੇ ਕੋਈ ਵੀ ਨਹੀਂ ਕਹਿੰਦਾ ਸਾਰੇ ਘਟਾਉਣ ਨੂੰ ਹੀ ਕਹਿੰਦੇ ਆ ਪਰ ਇਹਦੇ ਉੱਤੇ ਫਿਕਸ ਰੇਟ ਲਿਖਿਆ ਹੁੰਦਾ ਹੈ ਕਿ ਇੰਨੇ ਰੇਟ ਤੇ ਤੁਹਾਨੂੰ ਸੂਟ ਮਿਲੇਗਾ ਉਹਦੇ ਵਿੱਚ ਤੁਹਾਨੂੰ ਕੋਈ ਵਧਾਉਣ ਚੜਾਉਣ ਦੀ ਲੋੜ ਨਹੀਂ ਪੈਂਦੀ ਹੈ ਕਿ ਉਹ ਕਹਿੰਦੇ ਇੰਨੀ ਖੱਪ ਖਾਰੀ ਨਹੀਂ ਹੁੰਦੀ ਹੈ ਕਿ ਸਾਡੇ ਕੋਲ ਸਿੱਧਾ ਆਓ ਸੂਟ ਦੇਖੋ ਪਸੰਦ ਆ ਰਿਹਾ ਰੇਟ ਲਿਖਿਆ ਵਾ ਬਿੱਲ ਬਣਾਓ ਸੂਟ ਪੈਕ ਕਰਾ ਕੇ ਲੈ ਕੇ ਜਾਓ ਗੱਲਬਾਤ ਕਰਾਂਗੇ ਆਸ਼ੂ ਜੀ ਨਾਲ ਜਾਣਾਂਗੇ ਕਿਹੜੇ ਹੁਣ ਨਵੇਂ-ਨਵੇਂ ਵੈਰਾਈਟੀ ਆਈ ਹੈ ਤੇ ਕੀ ਹੁਣ ਪ੍ਰਾਈਸਿਸ ਵਿੱਚ ਵੀ ਚੇਂਜਸ ਹੋਇਆ ਹੈ ਜਾਂ ਫਿਰ ਉਹੀ ਸੇਮ ਸਹੀ ਤੋਂ ਸਹੀ ਪ੍ਰਾਈਸ ਰੱਖੇ ਜਾ ਰਹੇ ਨੇ ਤੇ ਸਰ ਦੱਸੋ ਤੁਸੀਂ ਹੁਣ ਨਵੀਂ ਵੈਰਾਈਟੀ ਤੁਹਾਡੇ ਆਈ ਹੈ ਤੇ ਤੁਸੀਂ ਕੀ ਮਤਲਬ ਪ੍ਰਾਈਸਿਸ ਜਾਂ ਡਿਜ਼ਾਈਨਸ ਕੁਆਲਿਟੀ ਕਿਵੇਂ ਦੱਸਦੇ ਬਾਕੀ ਰਹੀ ਵੈਰਾਈਟੀ ਨਵੀਂ ਦੀ ਗੱਲ ਭਾਵੇਂ ਤੁਸੀਂ ਮੇਰੇ ਕੋਲ 1 ਘੰਟੇ ਬਾਅਦ ਆ ਜਿਓ 1 ਘੰਟੇ ਬਾਅਦ 2 ਘੰਟੇ ਬਾਅਦ ਮੇਰੀ ਦੁਕਾਨ ਤੇ ਡੇਲੀ ਮਾਲ ਨਵਾਂ ਆਂਦਾ ਹਰ ਰੋਜ਼ ਮਾਲ ਨਵਾਂ ਆਂਦਾ ਜਿਹੜੇ ਕਸਟਮਰ ਨੇ ਮੇਰੇ ਫੇਸਬੁੱਕ ਦੇ ਉੱਪਰ ਜੁੜੇ ਹੋਏ ਆ ਉਹਨਾਂ ਨੂੰ ਪਤਾ ਆ ਆਸ਼ੂ ਨੇ ਜਦੋਂ ਵੀ ਲਾਈਵ ਹੋਣਾ ਨਵੇਂ ਮਾਲ ਦੇ ਨਾਲ ਉਹ ਰੋਜ਼ ਲਾਈਵ ਹੋਣਾ ਇੱਕ ਵਾਰੀ ਦਿਹਾੜੀ 'ਚ ਲਾਈਵ ਨਹੀਂ ਹੋਈਦਾ ਦਿਹਾੜੀ 'ਚ 2-3 ਵਾਰੀ ਅਸੀਂ ਲਾਈਵ ਹੁੰਦੇ ਹਾਂ ਡੇਲੀ ਵੈਰਾਈਟੀ ਨਵੀਂ ਆਉਂਦੀ ਆ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਅੰਦਰ ਨਿਗਾਹ ਮਰਵਾ ਦਿੰਦਾ ਮਤਲਬ ਰੋਜ਼ ਦੀ ਰੋਜ਼ ਨਵੀਂ ਵੈਰਾਈਟੀ ਆਉਂਦੀ ਹੈ ਇੱਕ ਵਾਰ ਆਪਾਂ ਵੈਰਾਈਟੀ ਵੀ ਦੇਖਾਂਗੇ ਤੇ ਸਰ ਮਤਲਬ ਕਈ ਹੁਣ ਜਿੱਦਾਂ ਕਸਟਮਰਸ ਹੁੰਦੇ ਬਹੁਤ ਦੂਰ ਰਹਿੰਦੇ ਤੁਸੀਂ ਮਤਲਬ ਆਨਲਾਈਨ ਵੇਚਦੇ ਆ ਮਤਲਬ ਕਿੱਥੇ-ਕਿੱਥੇ ਤੱਕ ਤੁਹਾਡੇ ਮਤਲਬ ਕੱਪੜੇ ਜਾਂਦੇ ਆ ਜਾਂ ਫਿਰ ਉਹਨਾਂ ਨੂੰ ਕੁਆਲਿਟੀ ਦੀ ਨਹੀਂ ਟੈਨਸ਼ਨ ਹੁੰਦੀ ਕਿ ਬੰਦਾ ਆਨਲਾਈਨ ਦਿਖਾ ਕੇ ਕੁਝ ਦਾ ਕੁਝ ਦੇ ਦੇਵੇ ਪਹਿਲੇ ਤਾਂ ਸਭ ਤੋਂ ਪਹਿਲਾਂ ਮੈਂ ਹਰ ਵੇਲੇ ਕਸਟਮਰ ਨੂੰ ਇਹੀ ਕਹਿੰਦਾ ਹੁੰਦਾ ਕਿ ਸਾਡੀ ਦੁਕਾਨ ਤੇ ਆ ਕੇ ਵਿਜ਼ਿਟ ਕਰੋ ਮੈਂ ਹਰੇਕ ਨੂੰ ਇਹੀ ਕਹਿੰਦਾ ਹੁੰਦਾ ਪਹਿਲੇ ਵਿਜ਼ਿਟ ਕਰੋ ਜਦੋਂ ਕਸਟਮਰ ਆ ਕੇ ਸਾਡੀ ਦੁਕਾਨ ਤੇ ਵਿਜ਼ਿਟ ਕਰ ਜਾਂਦਾ ਉਹਨੂੰ ਵਿਸ਼ਵਾਸ ਬਣ ਜਾਂਦਾ ਉਹਨੂੰ ਸਾਡੀ ਕੁਆਲਿਟੀ ਦੇ ਬਾਰੇ ਆ ਜਾਂਦਾ ਜਿਹੜਾ ਸਾਡੇ ਕੋਲ ਇੱਕ ਵਾਰੀ ਆਨਲਾਈਨ ਕੱਪੜਾ ਜਿਹਨੇ ਮੰਗਾ ਲਿਆ ਕਈ ਮੰਨ ਲਓ ਕਈ ਹੁੰਦੀ ਤਾਂ ਕਹਿੰਦਾ ਕਿ ਦਿਖਾਉਣਾ ਕੁਛ ਅਤੇ ਪਾਉਣਾ ਕੁਛ ਸਾਡੀ ਦੁਕਾਨ 'ਤੇ ਨਹੀਂ ਅਸੀਂ ਦੁਕਾਨ 'ਤੇ ਗਾਹਕ ਨੂੰ ਕਸਟਮਰ ਨੂੰ ਕਹਿੰਦੇ ਪਹਿਲੀ ਗੱਲ ਤੁਸੀਂ ਆਓ ਜੇ ਤੁਸੀਂ ਨਹੀਂ ਆਉਣਾ ਚਾਹੁੰਦੇ ਫਿਰ ਤੁਹਾਨੂੰ ਵੀਡੀਓ ਕਾਲ ਲਾਓ ਇਕੱਲਾ ਸਕਰੀਨਸ਼ੋਟ ਦੇ ਨਾਲੋ ਤੁਸੀਂ ਮੈਂ ਫੇਸਬੁੱਕ ਦੇ ਉੱਪਰ ਜਦੋਂ ਲਾਈਵ ਹੁੰਦਾ ਉਹਦੀ ਸਕਰੀਨਸ਼ੋਟ ਤੁਹਾਨੂੰ ਆਉਣੇ ਸ਼ੁਰੂ ਹੋ ਜਾਂਦੇ ਆ ਉਹ ਕੰਮ ਮੇਰਾ ਸਾਹਮਣਾ ਮੇਰਾ ਬੇਟਾ ਮੈਂ ਤੁਹਾਨੂੰ ਉਹਨਾਂ ਵੀ ਮਿਲਾਉਂਦਾ ਹਾਂ ਜਦੋਂ ਕਸਟਮਰ ਦੇ ਵੀਡੀਓ ਸਾਨੂੰ ਆਉਂਦੇ ਸਕਰੀਨਸ਼ੋਟ ਸਕਰੀਨਸ਼ੋਟ ਤੋਂ ਬਾਅਦ ਅਸੀਂ ਸੂਟ ਕੱਢ ਲਈਦੇ ਆ ਫਿਰ ਅਸੀਂ ਕਸਟਮਰ ਨੂੰ ਕਹੀਦਾ ਵੀ ਦੀਦੀ ਸਕਰੀਨਸ਼ੋਟ ਤੇ ਤੁਸੀਂ ਦੇਖ ਲਿਆ ਆ ਹੁਣ ਤੁਸੀਂ ਵੀਡੀਓ ਕਾਲ ਤੇ ਵੀ ਸੂਟ ਨੂੰ ਚੰਗੇ ਦੇ ਚੈੱਕ ਕਰੋ ਆਪਣਾ ਘੇਰਾ ਆਪਣਾ ਚੈਸ ਜੋ ਵੀ ਆਪਣਾ ਨਾਪ ਕਰਨਾ ਲੰਬਾਈ ਦੀ ਸਾਰਾ ਕੁਝ ਐਂ ਤਾਂ ਥਲੀ ਬਖਸ਼ ਫਿਰ ਕੋਰੀਅਰ ਕਰਾਓ ਮਤਲਬ ਕਸਟਮਰ ਨੂੰ ਪ੍ਰੋਪਰ ਸ਼ੋਰਿਟੀ ਦਿੱਤੀ ਜਾਂਦੀ ਹੈ ਕਿ ਜੇ ਤੁਸੀਂ ਪੈਸੇ ਖਰਚਦੇ ਵੀ ਪਏ ਆ ਤਾਂ ਆਪਣੇ ਆਪ ਇੱਕ ਵਾਰ ਨਿਗਾਹ ਮਾਰ ਕੇ WhatsApp ਤੇ ਯਾਨੀ ਕਿ ਸਕਰੀਨਸ਼ਾਟ ਤੋਂ ਇਕੱਲੇ ਬੰਦਾ ਸੰਤੁਸ਼ਟ ਨਹੀਂ ਹੁੰਦਾ ਹੈਗਾ ਵਾ ਸਾਈਜ਼ ਦੇਖ ਲਓ ਚਾਹੇ ਕੁਆਲਿਟੀ ਦੇਖ ਲਓ ਮਤਲਬ ਉਹ ਸਾਰਾ ਇਹਨਾਂ ਦਾ ਕੰਮ ਜਿਹੜਾ ਬੇਟਾ ਸੰਭਾਲਦਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਨਲਾਈਨ ਸੈਕਸ਼ਨ ਬਾਰੇ ਵੀ ਜਾਣਾਂਗੇ ਕਿ ਕਿਵੇਂ ਸੰਭਾਲਦੇ ਨੇ ਸਾਰਾ ਕੰਮ ਜਾਂ ਫਿਰ ਉਹ ਵਾਲੇ ਆਨਲਾਈਨ ਸੈਕਸ਼ਨ ਦਾ ਕੀ ਰਿਵਿਊ ਹੈ ਗੱਲਬਾਤ ਕਰਾਂਗੇ ਜਾਣਾਂਗੇ ਸਰ ਤੁਸੀਂ ਮਤਲਬ ਆਨਲਾਈਨ ਸੈਕਸ਼ਨ ਸਾਰਾ ਸੰਭਾਲਦੇ ਹੋ ਕਿਵੇਂ ਆਨਲਾਈਨ ਇੱਕ ਚਲੋ ਇੱਥੇ ਤਾਂ ਕਸਟਮਰਸ ਆਉਂਦੇ ਹੀ ਆ ਆਨਲਾਈਨ ਸੈਕਸ਼ਨਸ ਦਾ ਕੀ ਰਿਵਿਊ ਹੈ ਕਸਟਮਰਸ ਮਤਲਬ ਆਨਲਾਈਨ ਤੁਹਾਨੂੰ ਕਿਵੇਂ ਕਹਿੰਦੇ ਕਿ ਵਧੀਆ ਲੱਗੀ ਹੈ ਕੁਆਲਿਟੀ ਵਾਈਜ਼ ਕਿਉਂਕਿ ਆਨਲਾਈਨ ਚ ਕੁਆਲਿਟੀ ਜ਼ਿਆਦਾ ਦਿੱਕਤ ਦਿੰਦੀ ਹੈ ਕਿ ਖਰਾਬ ਮਿਲਦੀ ਹੈ ਜਾਂ ਫਿਰ ਠੀਕ ਨਹੀਂ ਮਿਲਦੀ ਜੀ ਆਪਾਂ ਕਸਟਮਰ ਨੂੰ ਕਹਿ ਦਈਦਾ ਕਿ ਸਾਨੂੰ ਵੀਡੀਓ ਕਾਲ ਤੇ ਦੇਖੋ ਸਾਡੇ ਕੋਲ ਪੀਸ ਸਕਰੀਨਸ਼ਾਟ ਤੇ
ਦਿਖਾ ਸਕਦੇ ਹੋ ਆਪਾਂ ਨੂੰ ਇੱਕ ਵਾਰ ਆਪਾਂ ਝਾਤੀ ਮਾਰ ਕੇ ਆਪਾਂ ਕਸਟਮਰਸ ਨੂੰ ਆਪਣੇ ਸੈਟੀਸਫਾਈਡ ਕਰਦੇ ਹਾਂਜੀ ਆਜੋ ਆਪਾਂ ਤੁਹਾਨੂੰ ਜਿਹੜੇ ਮੈਂ ਜਿੱਥੇ ਔਨਲਾਈਨ ਸਾਡਾ ਬੁੱਕ ਹੁੰਦਾ ਆ ਮੈਂ ਤੁਹਾਨੂੰ ਉਹ ਵੀ ਆਪਣਾ ਰੂਮ ਦਿਖਾ ਦਿੰਦਾ ਉਹ ਸੈਪਰੇਟ ਆ ਅਸੀਂ ਉਸ ਤੋਂ ਬਾਅਦ ਜੋ ਗਾਹਕ ਦਾ ਕੋਈ ਵੀ ਮੰਨ ਲਓ ਆ ਹੀ ਪੀਸ ਆ ਮੇਰਾ ਇਹ ਪੀਸ ਮੇਰਾ ਮੰਨ ਲਓ ਗਾਹਕ ਨੇ ਔਨਲਾਈਨ ਬੁੱਕ ਕਰ ਲਿਆ ਮੈਨੂੰ ਗਾਹਕ ਡਬਲ ਪੈਸੇ ਵੀ ਦੇਵੇ ਕਿ ਸਾਨੂੰ ਆਹ ਪੀਸ ਦੇ ਦਿਓ ਅਸੀਂ ਦੇ ਨਹੀਂ ਸਕਦੇ ਹਾਂ ਉਹਨੂੰ ਇਨਕੇਸ ਜਿਹੜਾ ਬੁੱਕ ਹੋਇਆ ਆ ਉਹਨੂੰ ਤਾਂ ਭੇਜ ਦੇਣਾ ਅਗਲੇ ਕਸਟਮਰ ਦਾ ਅਸੀਂ ਬੁੱਕ ਕਰ ਲਈਦਾ ਵਾ ਔਡਰ ਲੈ ਲਈਦਾ ਪੰਜ ਦਸ ਦਿਨ ਜਿੰਨੇ ਦਿਨ ਦਾ ਵੀ ਟਾਈਮ ਲੱਗਣਾ ਉਹ ਅਸੀਂ ਉਹਨਾਂ ਨੂੰ ਹੋਲਡ 'ਤੇ ਕਰਾ ਲਈਦਾ ਹੁਣ ਜਿਹੜਾ ਮੇਰਾ ਔਨਲਾਈਨ ਵਾਲਾ ਰੂਮ ਆ ਆ ਜਾਓ ਮੈਂ ਤੁਹਾਨੂੰ ਦਿਖਾ ਦਿੰਦਾ ਉੱਥੇ ਕੀ ਕੁਛ ਪਿਆ ਜੋ ਫਿਰ ਪਹਿਲਾਂ ਤਾਂ ਤੁਸੀਂ ਸਾਨੂੰ ਇਹੀ ਦੱਸ ਦਿਓ ਇਹ ਤੁਹਾਡਾ ਸਾਰਾ ਜਿਹੜਾ ਸੈਕਸ਼ਨ ਹੈ ਪੂਰਾ ਮਤਲਬ ਔਨਲਾਈਨ ਦਾ ਹੀ ਹੈ ਸਾਰਾ ਔਨਲਾਈਨ ਆ ਅੱਛਾ ਇਹ ਸਾਰੇ ਜਿਹੜੇ ਤੁਹਾਡੇ ਪਾਰਸਲ ਹੈ ਜਿਹੜੇ ਜਾਣੇ ਹੈ ਜਿਹੜਾ ਆ ਖੁੰਜਾ ਭਰਿਆ ਪਿਆ ਨਾ ਆਹ ਸਾਰਾ ਖੁੰਜਾ ਭਰਿਆ ਪਿਆ ਇਹ ਅੱਜ ਵਾਲਾ ਆਰਡਰ ਵਾ ਜਿਹੜਾ ਅੱਜ ਜਾਣੇ ਆ ਜਿਹੜਾ ਮੈਂ ਸਵੇਰੇ ਫੇਸਬੁੱਕ ਦੇ ਉੱਪਰ ਲਾਈਵ ਹੋਇਆ ਸੀਗਾ ਜਿੱਦਾਂ ਕਸਟਮਰ ਜਾਂ ਪੇਮੈਂਟਾਂ ਆ ਚੁੱਕੀਆਂ ਆ ਇਹ ਅੱਜ ਤੋੜਦੇ ਨੇ ਆਪਾਂ ਸ਼ਾਮ ਤੱਕ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਸੂਟ ਆ ਉਹ ਲੋਕਲ ਵਾਲਾ ਪਾਰਸਲ ਨਹੀਂ ਹੈਗਾ ਅੱਜ ਸਾਰੇ ਪਾਰਸਲ ਅਮਰੀਕਾ ਕੈਨੇਡਾ ਵਾਲੇ ਹੀ ਆ ਤਕਰੀਬਨ ਲੋਕਲ ਵਾਲੇ ਵੀ ਹੁੰਦੇ ਆ ਜਿਹੜੇ ਲੋਕਲ ਵਾਲੇ ਹੁੰਦੇ ਆ ਉਹ ਇੰਨੇ ਜ਼ਿਆਦਾ ਪਾਰਸਲ ਨਹੀਂ ਹੁੰਦੇ ਲੋਕਲ ਵਾਲੇ ਹੁੰਦੇ 2-4-5 ਸੂਟ ਅਗਲਾ ਦੂਰੋਂ ਨਹੀਂ ਆਉਂਦਾ ਦਾ ਜਦੋਂ ਅਗਲੇ ਘਰ ਫੰਕਸ਼ਨ ਵਿਆਹ ਸ਼ਾਦੀ ਦਾ ਫੰਕਸ਼ਨ ਹੁੰਦਾ ਫਿਰ ਅਗਲਾ ਆਉਂਦਾ ਹੀ ਆਉਂਦਾ ਫਿਰ ਅਗਲਾ 1-2 ਲੱਖ ਦੀ ਸ਼ੋਪਿੰਗ ਕਰਦਾ ਆ ਕੇ ਕਰਦਾ ਹੁਣ ਇਸ ਟਾਈਮ ਬਾਹਰ ਅਮਰੀਕਾ ਕੈਨੇਡਾ ਪੂਰਾ ਸੀਜ਼ਨ ਆ ਵਿਆਹ ਸ਼ਾਦੀਆਂ ਦਾ ਕੋਈ ਲਹਿੰਗਾ ਦਿਹਾੜੀ 'ਚ 2-2-3-3 ਵਾਰੀ ਸ਼ੋਪਿੰਗ ਕਰਦੇ ਪਏਗਾ ਹਾਂਜੀ ਆਪਾਂ ਦੇਖ ਸਕਦੇ ਹਾਂ ਇਸ ਟਾਈਮ ਜਿਹੜੇ ਸਾਡੇ ਮੂਰੇ ਪਾਰਸਲ ਪਏ ਨੇ ਵੈਸੇ ਵੀ ਦੇਖਣ ਨੂੰ ਸਰ ਪਾਰਟੀ ਵੇਅਰ ਹੀ ਲੱਗਦੇ ਨੇ ਓਕੇਜ਼ਨਲੀ ਲੱਗਦੇ ਨੇ ਵਿਆਹ ਸ਼ਾਦੀਆਂ ਦੀ ਸ਼ੋਪਿੰਗ ਹੀ ਲੱਗ ਰਹੀ ਹੈ ਹਾਂਜੀ ਇਹ ਸਾਰੇ ਵਿਆਹ ਸ਼ਾਦੀਆਂ ਦਾ ਇਸ ਟਾਈਮ ਬਾਹਰ ਅਮਰੀਕਾ ਕੈਨੇਡਾ ਸੀਜ਼ਨ ਆ ਵਿਆਹ ਸ਼ਾਦੀਆਂ ਦਾ ਆ ਸਾਰੇ ਜਿਹੜੇ ਤੁਸੀਂ ਦੇਖ ਸਕਦੇ ਆ ਆ ਸਾਰੇ ਇਹਨਾਂ ਦੇ ਤੇ ਪਰਚੀਆਂ ਪਈਆਂ ਹੋਈਆਂ ਆ ਮੈਂ ਕੋਲ ਹੀ ਦੱਸਦਾ ਐਡਰੈਸ ਚੇਂਜ ਹੋ ਜਾਂਦਾ ਆ ਸਾਰੇ ਦੇ ਸਾਰੇ ਪਾਰਸਲ ਇਸ ਟਾਈਮ ਔਨਲਾਈਨ ਬੁੱਕ ਹੋ ਚੁੱਕੇ ਆ ਇਹਨਾਂ ਦੀ ਪੇਮੈਂਟ ਵੀ ਆ ਚੁੱਕੀ ਆ 4-4:30 ਵਜੇ ਤੋਂ ਬਾਅਦ ਅਸੀਂ ਜਿਹੜਾ ਮੰਨ ਲਓ ਗਾਹਕ ਫ੍ਰੀ ਹੁੰਦਾ ਥੋੜ੍ਹੇ ਜਿਹਾ ਅਸੀਂ ਇਹਨਾਂ ਨੂੰ ਪਾਰਸਲ ਲਗਾ ਕੇ ਤੋੜ ਦੇਣਾ ਆ ਮਤਲਬ ਆਪਾਂ ਜੇ ਗੱਲ ਕਰੀਏ ਇੱਕ ਕਸਟਮਰ ਇੱਥੇ ਆ ਕੇ ਸ਼ਾਪਿੰਗ ਕਰਦਾ ਉਸ ਤੋਂ ਇਲਾਵਾ ਆਨਲਾਈਨ 'ਚ ਵੀ ਮਤਲਬ ਕਸਟਮਰ ਇੰਨਾ ਜ਼ਿਆਦਾ ਸੰਤੁਸ਼ਟ ਹੋ ਕੇ ਮਤਲਬ ਬੈਠ ਜਾਂਦਾ ਆ ਕਿ ਜੀ ਪਤਾ ਆ ਕਿ ਕੁਆਲਿਟੀ ਵਾਈਜ਼ ਵੀ ਚੀਜ਼ ਇੰਨੀ ਚੱਜਦੀ ਮਿਲੀ ਨਹੀਂ ਤਾਂ ਆਪਾਂ ਕਹੀਏ ਕਿ ਜੀ ਇਹ ਜਿਹੜੀ ਸ਼ਾਪਿੰਗ ਹੈ ਇਹ 200-300 ਦੀ ਸ਼ਾਪਿੰਗ ਨਹੀਂ ਹੈਗੀ ਇਹ ਲੱਖਾਂ ਦੀ ਸ਼ਾਪਿੰਗ ਹੀ ਦੇਖਣ ਨੂੰ ਲੱਗ ਰਹੀ ਆ ਪਰ ਯਾਨੀ ਕਿ ਕਸਟਮਰ ਨੂੰ ਇੰਨਾ ਵਿਸ਼ਵਾਸ ਆ ਕਿ ਚੀਜ਼ ਕੁਆਲਿਟੀ ਦੀ ਗੱਲ ਕਰੀਏ ਇੰਨੀ ਵਧੀਆ ਮਿਲੂਗੀ ਕਿਉਂਕਿ ਪੈਸੇ ਜਿਹਨੇ ਖਰਚ ਕੀਤੇ ਉਹਨੂੰ ਕੁਆਲਿਟੀ ਤਾਂ ਵਧੀਆ ਚਾਹੀਦੀ ਹੀ ਚਾਹੀਦੀ ਹੈ ਜਿਸ ਹਿਸਾਬ ਨਾਲ ਇੱਥੇ ਥੱਦੇ ਦਾ ਥੱਦਾ ਪਿਆ ਆ ਲਿਫਾਫੇ ਭਰੇ ਪਏ ਨੇ ਸਾਫ਼ ਪਤਾ ਲੱਗਦਾ ਕਿ ਕਸਟਮਰ ਇੱਕਦਮ ਸੰਤੁਸ਼ਟ ਹੋ ਕੇ ਬੈਠਾ ਹੈ ਉਹਨਾਂ ਨੂੰ ਇਹਨਾਂ ਤੇ ਪੂਰਾ ਭਰੋਸਾ ਹੈ ਕਿ ਸਾਡੀ ਚੀਜ਼ ਤਾਂ ਪਹੁੰਚੇਗੀ ਤੇ ਸਹੀ ਔਰ ਬਿਲਕੁਲ ਪਰਫੈਕਟ ਕੁਆਲਿਟੀ ਦੀ ਪਹੁੰਚੇਗੀ ਵੀ ਆ ਜਦੋਂ ਅਸੀਂ ਨਾ ਔਨਲਾਈਨ ਸ਼ਾਪਿੰਗ ਕਰਾਉਂਦੇ ਗਾਹਕ ਨੂੰ ਅਸੀਂ ਉਹਨਾਂ ਨੂੰ ਇਹ ਕਹਿੰਦੇ ਨੇ ਆਪਣਾ ਇੱਕ ਰਿਐਲਿਟੀ ਭੇਜ ਦਿਓ ਮੰਨ ਲਓ ਕਸਟਮਰ ਬੈਠਾ ਕੈਨੇਡਾ ਉਹਦਾ ਕਿਤੇ ਗੜ ਸ਼ੈਂਕਰ ਜਾਂ ਗੁਰਦਾਸਪੁਰ ਜਾਂ ਅੰਬਾਲਾ ਖੰਨਾ ਜਿੱਥੇ ਵੀ ਹੈਗਾ ਅਸੀਂ ਉਹਨਾਂ ਨੂੰ ਕਹੀਦਾ ਕਿ ਰਿਐਲਿਟੀ ਨਾਲ ਭੇਜੋ ਰਿਐਲਿਟੀ ਤੁਹਾਡਾ ਕੁਆਲਿਟੀ ਸਟਾਫ ਨੂੰ ਹੱਥ ਲਾਉਂਦਾ ਆ ਵੀਡੀਓ ਕਾਲ ਤਾਂ ਚੱਲ ਹੀ ਜਾਣੀ ਆ ਔਰ ਜਿਹੜੇ 1-2 ਵਾਰੀ ਸਾਡੇ ਕੋਲ ਸ਼ੋਪਿੰਗ ਕਰ ਜਾਂਦੇ ਉਹ ਤਾਂ ਆਪਣੇ ਰੈਲਟਿਵ ਗਾਹ ਨਹੀਂ ਭੇਜਦੇ ਉਹ ਸਿੱਧੇ ਮੰਗਾਈ ਜਾਂਦੇ ਕਹਿੰਦੇ ਸਾਨੂੰ ਤੁਹਾਡੇ ਵਿਸ਼ਵਾਸ ਆ ਹੁਣ ਜਿੱਦਾਂ ਕੁੜੀ ਨੇ ਗੁੜੀਆ ਆਹ ਗੁੜੀਆ ਆ ਔਨਲਾਈਨ ਜਦੋਂ ਕਰਦੀ ਆ ਗਾਹਕ ਨੇ ਪੁੱਛਣਾ ਇਹ ਕਾਹਦੇ 'ਤੇ ਲਹਿੰਗਾ ਆ ਨੈੱਟ ਦੇ ਉੱਪਰ ਆ ਜੋਰਟ ਦੇ ਉੱਪਰ ਆ ਇਹਦਾ ਮੇਜਰਮੈਂਟ ਕਿੰਨਾ ਆ ਲੰਬਾਈ ਕਿੰਨੀ ਆ ਚੈਸਟ ਕਿੰਨੀ ਆ ਕਮਰ ਕਿੰਨੀ ਆ ਜੇ ਥੋੜ੍ਹਾ ਬਹੁਤਾ ਅਲਟਰੇਸ਼ਨ ਹੋਵੇ ਉਹ ਵੀ ਅਸੀਂ ਕਰਾ ਕੇ ਗਾਹਕ ਨੂੰ ਦੇਣਾ ਪ੍ਰੋਪਰ ਅਤੇ ਜੇ ਗਾਹਕ ਅਨਸਟਿਚ ਸੂਟ ਲਵੇ ਉਹ ਵੀ ਸਾਡੇ ਕੋਲ ਗਾਹਕ ਸਾਨੂੰ ਉਹ ਕਰ ਦਿੰਦਾ ਵਾ ਵਟਸਐਪ 'ਤੇ ਐਡਰੈਸ ਆਪਣਾ ਸਾਈਜ਼ ਮੇਜ਼ਰਮੈਂਟ ਕਰ ਦਿੰਦਾ ਆ ਜੇ ਕੋਈ ਕਮੀ ਪੇਸ਼ੀ ਹੋਵੇ ਅਸੀਂ ਟੇਲਰ ਡਾਇਰੈਕਟਰ ਨੰਬਰ ਦੇ ਦਿੰਦੇ ਹਾਂ ਜੇ ਮੰਨ ਲਓ ਆਪ ਵੀ ਗੱਲ ਕਰਕੇ ਆਪਣੇ ਹਿਸਾਬ ਨਾਲ ਜੋ ਚੇਂਜਸ ਕਰਾਉਣੇ ਕਰਾ ਲਵੇ ਕਈ ਵੇਲੇ ਗਾਹਕ ਆਪਣਾ ਨਾਪ ਭੇਜ ਦਿੰਦਾ ਉਹ 'ਚ ਕਮੀ ਪੇਸ਼ੀ ਵੀ ਹੁੰਦੀ ਆ ਜਦੋਂ ਟੇਲਰ ਨੇ ਐਕਸਪਰਟ ਟੇਲਰ ਨੇ ਨਾਪ ਪੜਨਾ ਉਹਨੇ ਪੁੱਛਣਾ ਬਾਈ ਤੀਰਾ ਕਿੰਨਾ ਆ ਗਾਹਕ ਨੇ ਤੀਰਾ ਨਹੀਂ ਲਿਖਿਆ ਹੁੰਦਾ ਗਾਹਕ ਨੇ ਗਲਾ ਨਹੀਂ ਲਿਖਿਆ ਹੁੰਦਾ ਗਾਹਕ ਨੇ ਪਲੇਟਸ ਨਹੀਂ ਲਿਖੇ ਹੁੰਦੇ ਉਹ ਫਿਰ ਸਾਡਾ ਕਸਟਮਰ ਟੇਲਰ ਨੂੰ ਡਾਇਰੈਕਟ ਫੋਨ ਕਰ ਲੈਂਦਾ ਆ ਉਹ ਜਿਹੜੀ ਵੀ ਅਧੂਰਾ ਉਹ 'ਚ ਨਾਪ ਹੁੰਦਾ ਉਹ ਸਾਰਾ ਪ੍ਰੋਪਰ ਉਹ 'ਚ ਕਰ ਲੈਂਦਾ ਪੂਰਾ ਉਸ ਤੋਂ ਬਾਅਦ ਸਟਿਚ ਕਰਾਉਂਦੇ ਆ ਮੈਨੂੰ ਹਾਲੇ ਤੱਕ ਮੈਨੂੰ ਇੰਨੇ ਸਾਲ ਹੋ ਗਏ ਮੈਨੂੰ ਹਾਲੇ ਤੱਕ ਕੋਈ ਉਲਾਂਭਾ ਨਹੀਂ ਆਇਆ ਵੀ ਤੁਹਾਡੇ ਸੂਟਾਂ 'ਚ ਸਾਨੂੰ ਸਮਾਈ ਵੱਲੋਂ ਉਲਾਂਭਾ ਆ ਗਿਆ ਜਾਂ ਕੁਆਲਿਟੀ ਵੱਲੋਂ ਉਲਾਂਭਾ ਆ ਗਿਆ ਔਰ ਇੱਕ ਗੱਲ ਮੇਨ ਇਹ ਵੀ ਆ ਜਦੋਂ ਵੀ ਮੇਰੇ ਕੋਲ ਟੇਲਰ ਕੋਈ ਵੀ ਸੂਟ ਅਸੀਂ ਸਟਿਚ ਕਰਾਉਂਦੇ ਹਾਂ ਜਾਂ ਅਲਟਰੇਸ਼ਨ ਕਰਾਉਂਦੇ ਹਾਂ ਮੈਂ ਉਹਦੇ ਵਿੱਚ 2 ਸੀਨਾਂ ਲਵਾ ਕੇ ਦੇਣਾ ਹੁੰਦਾ ਕਈ ਵੇਲੇ ਕਸਟਮਰ ਮੋਟਾ ਪਤਲਾ ਹੋ ਜਾਂਦਾ ਇੱਕ ਸੀਨ ਦੇੜੇ ਤੇ ਉਹਦੇ ਪ੍ਰੋਪਰ ਫੇਰ ਫਿੱਟ ਆਈ ਵੀ ਮਤਲਬ ਤੁਸੀਂ ਕੁਆਲਿਟੀ ਦੇ ਨਾਲ ਨਾਲ ਮਤਲਬ ਇੱਕ ਸ਼ੋਰਿਟੀ ਸ਼ੋਰਿਟੀ ਵੀ ਪੂਰੀ ਉਹ ਕਹਿ ਰਹੇ ਨੇ ਕਿ ਸਾਨੂੰ ਹਜੇ ਤਾਂ ਕੋਈ ਕੰਪਲੇਂਟ ਨਹੀਂ ਆਈ ਭਾਵੇਂ ਉਹ ਪੈਸਿਆਂ ਦੀ ਗੱਲ ਤੋਂ ਹੋਵੇ ਭਾਵੇਂ ਉਹ ਕੁਆਲਿਟੀ ਦੀ ਗੱਲ ਤੋਂ ਹੋਵੇ ਭਾਵੇਂ ਉਹ ਚੀਜ਼ ਦੀ ਚੰਗੀ ਮਾੜੀ ਕਿਸੇ ਵੀ ਗੱਲ ਤੋਂ ਹੋਵੇ ਇਸੇ ਕਰਕੇ ਮੈਨੂੰ ਲੱਗਦਾ ਹੈ ਆਸ਼ੂ ਦੀ ਹੱਟੀ ਤੇ ਜਿਹੜਾ ਮੇਲਾ ਹੈ ਨਾ ਇੰਨਾ ਜ਼ਿਆਦਾ ਲੱਗਿਆ ਰਹਿੰਦਾ ਭਾਵੇਂ ਆਨਲਾਈਨ ਮੇਲਾ ਕਹਿ ਲਓ ਭਾਵੇਂ ਇੱਥੇ ਆਫਲਾਈਨ ਮੇਲਾ ਕਹਿ ਲਓ 24 ਘੰਟੇ ਚੱਲਦਾ ਰਹਿੰਦਾ ਹੈ ਇਹ ਮੈਨੂੰ ਲੱਗਦਾ ਸਿਰਫ ਔਰ ਸਿਰਫ ਇਸ ਕਰਕੇ ਹੀ ਹੈ ਕਿ ਜਿਹੜੀ ਇੱਕ ਵਿਸ਼ਵਾਸ ਹੈ ਉਹ ਬਣਿਆ ਹੈ ਭਾਵੇਂ ਉਹ ਕੁਆਲਿਟੀ
और गल करिए इन्हें सूटों की तुम दिखा ही दिते हैं दुपट्टे इन्ने सोहने हैं दुपट्टे सूटों का गैटअप इन्ना सोहना आंदा प्राइस तुहाडे सामने है कि लहंगे 5-5 हज़ार के जिहड़े जिहड़े दुकानों से 15-15 हज़ार के विक रहे हैं 5-5 हज़ार असीं तुहाडी दुकान से देखे मतलब बाहर रेट उन्होंने 15-15 हज़ार है ताड़ी शॉप तो मतलब 5 हज़ार असी भी देख के हैरान हो गए कि इन्ना घट रेट तो चीज इन्नी वधिया मतलब किदा मैडम देखो ना बनाने जो एक नाम होंगे उन्होंने बनाने जद्दी जद्दी पुश्ती मान लो पीढ़ियाँ लग जा मैं पहला कि सर्विस भी करता सी उस तो बाद मैं कपड़े काम शुरू किया मेरे मन के यही है कि मैं 100 रुपया का मार्जन लेना चाहे वह 5 हज़ार की चीज़ हो चाहे वह 50 हज़ार की चीज़ हो मैं जनरल मार्जन लगता कि मान लो मैं 30 हज़ार का पीस मेरा आया मैं वो 300-400 रुपये मैं नहीं कहना मैं सौ ही कमा 30 हज़ार के पिछों मैं 200-400 कमा भी लिया जायजा 30 हज़ार रुपये की रकम लियानी लानी भी आ और जोड़ा मेरा 30 हज़ार 400 रेट वा उ मार्केटों में चल जाओ 60-65 हज़ार रुपया डबल डबल फर्क पैंता और कस्टमर साढ़े से इन्ना क विश्वास कर रहा है और शॉपिंग करने तो पहले ही पेमेंट पा देता जोड़े कस्टमर रेगुलर जुड़ चुके आ अगला कोई 1 लाख रुपया पेमेंट पाई जाता कोई 2 लाख पेमेंट पाई जाता वो पेमेंट पाई जाते स्क्रीनशॉट ले जाते कई बार अगला कहना रोज़ रोज़ पार्सल नहीं लगाने तुम पार्सल साढ़े सैड से रखो असी बल्क च मंगावे साढ़े को जोड़ा जोड़ा उन्होंने पसंद किया पेमेंट आ जाती है एडवांस भी उन्हें भेज देंगे तो सानू भी हों सा उपर भी ए डबल स्टोरी बनया जे कस्टमर बल्क च माल मंगाते असी वो उन्होंने ऑफिस के रख दी दी है पार्सल मान लो जोगिंदर कौर के नाँ के अज 100 सूट बुक हो चुका 4-5 दिन फिर असी उन्होंने कही 83-87 किलो का वजन हो गया भी हूँ तुम तरवा लो वो जिन्ना गाहक का वेट बढ़ेगा कोरियर का उन्ना गाहक का फायदा हो जाएगा वो कस्टमर भी बार बार जो पेमेंट बनता ना उन्होंने पैसे भी कट होंगे उतो असी कस्टमर को कही चलो थोड़ी बहुत साई तौर पर पा दियो पेमेंट असी सीने दे असी जो भी अल्ट्रेशन करना दे दिए सानू पेमेंट अगला पा दिंदा जो लास्ट पेमेंट होनी होंगी उदो होनी होंगी जो गाहक असी टेलर का बिल बन गया साडा कोरियर वाले का प्रोपर बिल बन गया साड़ी अपनी पेमेंट क्लीयर हो गई हूँ असी टेलर वाले पूछा तेरी पेमेंट कितनी बनी वो कहना मेरी पेमेंट बनी 8 हज़ार रुपया असी वो ऐड किया मेरा बिल बनया 80 हज़ार रुपया 80 हज़ार वो ऐड करता जिहड़ा उन्हें 10 हज़ार भेज दिता वो लैस करता पहले ही 80 हज़ार चो 10 हज़ार लैस करता 70 रह गया 70 दे विच 8 हज़ार टेलर दा विच हो गया 78 हज़ार हो गया 12 हज़ार कोरियर का पा गए जिन्ना 80-90 लाख जिन्ना बनता असी परफेक्ट भिगा चुका को उन्नी ही पेमेंट मंगाई दी है ਤੁਸੀਂ ਮਤਲਬ ਇੱਥੇ ਹੁਣ ਇੱਕ ਵਾਰ ਤੁਹਾਨੂੰ ਹੋਰ ਚੀਜ਼ ਜ਼ਿਆਦਾ ਤੁਸੀਂ ਤੇ ਇਹ ਵੀ ਦੇਖ ਸਕਦੇ ਆ ਲੇਕਿਨ ਦੁਕਾਨਦਾਰ ਜਿਹੜੇ ਆ ਨਾ ਉਹ ਲੁਕਾਉਂਦੇ ਆ ਜੀ ਅਸੀਂ ਇੱਥੇ ਕਿੰਨਾ ਬਿੱਲ ਬਣਿਆ ਇੱਥੇ ਕਿੰਨਾ ਬਣਿਆ ਸਾਡਾ ਕਿੰਨਾ ਬਣਿਆ ਅਗਲੇ ਕੀ ਕਹਿੰਦੇ ਸੀ ਪੂਰਾ ਬਿੱਲ ਬਣਿਆ ਇੰਨਾ ਦੇ ਦਿਓ ਲੇਕਿਨ ਇੱਥੇ ਹੁਣੇ ਆਪਾਂ ਸੁਣਿਆ ਕਿ ਟੇਲਰ ਦਾ ਬਿੱਲ ਵੱਖਰਾ ਦੱਸਿਆ ਜਾਂਦਾ ਪਾਰਸਲ ਦਾ ਵੱਖਰਾ ਦੱਸਿਆ ਜਾਂਦਾ ਕੱਪੜੇ ਦੀ ਸ਼ਾਪਿੰਗ ਦਾ ਵੱਖਰਾ ਯਾਨੀ ਕਿ ਤੁਹਾਨੂੰ ਕਸਟਮਰ ਨੂੰ ਪਾਗਲ ਤਾਂ ਬਿਲਕੁਲ ਨਹੀਂ ਬਣਾਇਆ ਜਾਂਦਾ ਕਿ ਜੇ ਇਕੱਠਾ ਬਿੱਲ ਦਿਓ ਹਰ ਇੱਕ ਚੀਜ਼ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਤੁਹਾਡੇ ਪੈਸੇ ਕਿੰਨੇ ਕਿੱਥੇ ਲੱਗੇ ਆ ਇਹ ਬਹੁਤ ਚੰਗੀ ਤਰ੍ਹਾਂ ਦੱਸੇ ਜਾਂਦੇ ਇਹਦੇ ਕਰਕੇ ਵੀ ਮੈਨੂੰ ਲੱਗਦਾ ਕਸਟਮਰ ਦਾ ਜਿਹੜਾ ਵਿਸ਼ਵਾਸ ਹੈ ਸਰ ਉਹ ਬਣਿਆ ਹੈ ਪੂਰਾ ਬੰਦਾ ਹੀ ਪੂਰਾ ਜਦੋਂ ਅਗਲੇ ਨੂੰ ਅਸੀਂ ਇੰਨੀ ਗੱਲ ਕਹਿ ਦਿੱਤੀ ਆ ਵੀ ਤੁਸੀਂ ਆਨਲਾਈਨ ਨਾਮ ਕਹੋ ਆਪ ਆ ਕੇ ਲੈ ਕੇ ਜਾਓ ਕਈਆਂ ਦੇ ਰੈਲਟੀ ਵੀ ਆ ਕੇ ਲੈ ਜਾਂਦੇ ਆ ਉਹ ਆਪ ਕੋਰੀਅਰ ਕਰਾਉਂਦੇ ਆ ਪਰ ਚਲੋ ਸਰ ਬਾਅਦ ਚ ਕਹ ਲਓ ਇੱਕ ਭਰੋਸਾ ਜਿਹਾ ਦੇਖ ਹੀ ਲੈਂਦੇ ਅਗਲੇ ਕਿ ਤੁਸੀਂ ਪ੍ਰਾਈਸ ਵੀ ਪ੍ਰੋਪਰ ਦੱਸਦੇ ਆ ਚੀਜ਼ ਵੀ ਉਹੀ ਦਿੰਨੇ ਪਏ ਆ ਤਾਂ ਬੰਦੇ ਦਾ ਭਰੋਸਾ ਬਾਣੀ ਜਾਂਦਾ ਉਸ ਟਾਈਮ ਭਰੋਸਾ ਕਰਨਾ ਥੋੜਾ ਔਖਾ ਲੱਗਦਾ ਜਦੋਂ ਅਗਲਾ ਸਾਡੇ ਨਾਲ ਜੁੜ ਜਾਂਦਾ ਮੈਨੂੰ ਨਹੀਂ ਲੱਗਦਾ ਮੇਰਾ ਕੋਈ ਗਾਹਕ ਅੱਜ ਤੱਕ ਟੁੱਟਿਆ ਹੋਊਗਾ ਔਰ ਸਵਾਤੀ ਕੋ ਪਤਾ ਕਿੰਨੇ ਕ ਕਸਟਮਰ ਆ ਆ 4 ਫੋਨ ਇਹਦੇ ਕੋਲ ਫੜੇ ਹੋਏ ਆ ਤੁਸੀਂ ਦੇਖ ਸਕਦੇ ਆ ਇਸ ਟਾਈਮ ਅੱਛਾ ਜੀ ਜਿਹੜੇ ਨਾਲ ਦਾ ਸਟਾਫ ਰੋਟੀ ਖਾਣਾ ਖਾਣ ਗਿਆ ਇਹ ਫੋਨ ਤੇ ਫੋਨ ਵੱਜੀ ਜਾਂਦਾ ਇਹ ਨਹੀਂ ਰੁਕਣਾ ਸਾਰਾ ਦਿਨ ਇਹ ਕੋਰੀਅਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਉਹਨਾਂ ਦਾ ਫੋਨ ਵੱਜ ਚੁੱਕਾ ਹੈ ਉਧਰ ਮੈਨੂੰ ਲੱਗਦਾ ਸੂਟਸ ਦਾ ਆ ਫੋਨ ਇੱਕ ਵਾਰ ਦੇ ਦਿਓ ਹਾਲੇ ਫੋਨ ਵੱਜ ਰਿਹਾ ਫੋਨ ਵੱਜਦਾ ਹੈ ਇੱਕ ਦੇ ਮੈਸੇਜ ਆ ਰਿਹਾ ਇੱਕ ਫੋਨ ਵੱਜ ਰਿਹਾ ਤੀਜੇ ਤੇ ਗੈਲਰੀ ਖੁੱਲੀ ਹੋਈ ਹੈ ਸੂਟ ਯਾਨੀ ਕਿ ਆਨਲਾਈਨ ਵੀ ਜਿਹੜਾ ਕੰਮ ਹੈ ਆਨਲਾਈਨ ਵੀ ਇੱਦੀ ਮੇਲਾ ਲੱਗਿਆ ਹੋਇਆ ਜਿੱਦਾਂ ਇੱਥੇ ਆਫਲਾਈਨ ਮੇਲਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆਸ਼ੂ ਦੀ ਹੱਟੀ ਵੱਲੋਂ ਧੰਨਵਾਦ ਤੁਹਾਡਾ ਸਾਂਝ ਟੀਵੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ